ਸਿੱਖ ਟੀਵੀ ਦੇ ਤਮਾਮ ਸਰੋਤਿਆਂ ਨੂੰ ਪਿਆਰ ਭਰਿਆ ਆਦਾਬ ਅਤੇ ਸਤਿ ਸ਼੍ਰੀ ਅਕਾਲ। ਅੱਜ ਸਾਡੇ ਨਾਲ ਉਹ ਸ਼ਖਸ ਨੇ ਜਿਹੜੇ ਬਾਬੇ ਫਰੀਦ ਦੀ ਧਰਤੀ ਫਰੀਦਕੋਟ ਨਾਲ ਸਿੱਧੀ ਵਾਬਸਤਗੀ ਰੱਖਦੇ ਨੇ। ਅੱਜ ਸਾਡੇ ਨਾਲ ਉਹ ਸ਼ਖਸ ਨੇ ਜਿਹੜੇ ਬੜੇ ਹੀ ਉੱਚੇ ਮਿਆਰ ਦੇ ਫਿਲਮ ਕ੍ਰਿਟਿਕ, ਫਿਲਮ ਜਰਨਲਿਸਟ ਅਤੇ ਰਾਈਟਰ ਨੇ। ਅੱਜ ਸਾਡੇ ਨਾਲ ਉਹ ਸ਼ਖਸ ਨੇ ਜਿਨ੍ਹਾਂ ਨੇ ਪਿੱਛੇ ਹੀ ਰੰਗੀਨ ਵਰਲਡ ਬੋਲੀਵੁੱਡ ਡਾਇਰੈਕਟਰੀ ਲਾਂਚ ਕੀਤੀ ਅਤੇ ਤਮਾਮ ਪੰਜਾਬੀ ਇੰਡਸਟਰੀ ਨੂੰ ਇੰਟਰਵਿਊ ਕਰ ਚੁੱਕੇ ਨੇ। ਮੈਂ ਬੜੇ ਅਦਬ ਅਤੇ ਅਹਿਤਰਾਮ ਨਾਲ ਇਸਤਕਬਾਲ ਕਰਦਾ ਹਾਂ ਸਾਡੇ ਪ੍ਰੋਗਰਾਮ ਦਿਲ ਦੀਆਂ ਗੱਲਾਂ ਵਿੱਚ ਸਪਨ ਮੰਚਨ ਦਾ ਭਾਅ ਜੀ ਦਾ। ਬਹੁਤ ਬਹੁਤ ਤੁਹਾਡਾ ਇਸਤਕਬਾਲ ਕਰਦੇ ਹਾਂ। ਥੈਂਕ ਯੂ ਜੀ। ਸਰ, ਸਭ ਤੋਂ ਪਹਿਲਾਂ ਤਾਂ ਦੱਸੋ ਕਿ ਤੁਸੀਂ ਤਮਾਮ ਇੰਡਸਟਰੀ ਨੂੰ ਇੰਟਰਵਿਊ ਕਰ ਚੁੱਕੇ ਹੋ, ਅੱਜ ਤੁਸੀਂ ਇੰਟਰਵਿਊ ਦੇ ਰਹੇ ਹੋ, ਤੁਹਾਨੂੰ ਕਿਸ ਤਰੀਕੇ ਨਾਲ ਲੱਗ ਰਿਹਾ? ਇੱਥੇ ਬੈਠ ਕੇ ਪਤਾ ਲੱਗਦਾ ਵੀ ਸਾਹਮਣੇ ਸਵਾਲ ਕਿੱਦਾਂ ਦੇ ਆਉਣੇ ਨੇ। ਸਵਾਲ ਪੁੱਛਣੇ ਕਿਸੇ ਨੂੰ ਮੈਨੂੰ ਲੱਗਦਾ ਬੜੇ ਆਸਾਨ ਹੁੰਦੇ ਨੇ, ਪਰ ਜਦੋਂ ਜਵਾਬ ਦੇਣਾ ਹੁੰਦਾ ਕਈ ਵਾਰੀ ਜਵਾਬਾਂ ਦੇ ਵਿੱਚੋਂ ਹੀ ਸਵਾਲ ਨਿਕਲਦੇ ਨੇ, ਪਰ ਕਈ ਵਾਰੀ ਜਵਾਬ ਹੀ ਕੰਟਰੋਵਰਸੀ ਦਾ ਰੂਪ ਵੀ ਲੈ ਲੈਂਦੇ ਨੇ। ਸੋ ਬੜਾ ਸੋਚ ਸਮਝ ਕੇ ਜਵਾਬ ਦੇਣੇ ਪੈਂਦੇ ਨੇ। ਸੋ ਅੱਜ ਦੇਖਦੇ ਤੁਸੀਂ ਕਿੱਦਾਂ ਦੇ ਸਵਾਲ ਪੁੱਛਦੇ ਔਰ ਮੈਂ ਕਿਸ ਤਰੀਕੇ ਨਾਲ ਜਵਾਬ ਦਿੰਦਾ। ਅਸੀਂ ਤਾਂ ਸਰ ਪਿਆਰ ਭਰੇ ਸਵਾਲ ਪੁੱਛਾਂਗੇ ਤੇ ਪਿਆਰ ਭਰਾ ਆਪਾਂ ਰੱਖਾਂਗੇ ਆਪਣਾ ਰਿਸ਼ਤਾ ਜੀ। ਤੇ ਸਰ, ਤੁਸੀਂ ਇੱਕ ਡਾਇਰੈਕਟਰੀ ਲਾਂਚ ਕੀਤੀ, ਰੰਗੀਨ ਵਰਲਡ ਬੋਲੀਵੁੱਡ ਡਾਇਰੈਕਟਰੀ, ਉਸ ਬਾਰੇ ਸਾਡੇ ਸਰੋਤਿਆਂ ਨੂੰ ਤੁਸੀਂ ਦੱਸੋ। 7 ਕੁ ਸਾਲ ਪਹਿਲਾਂ ਮੈਨੂੰ ਗੋਆ ਇੰਟਰਨੈਸ਼ਨਲ ਫਿਲਮ ਫੈਸਟੀਵਲ ਹੁੰਦਾ ਗੋਆ ਦੇ ਵਿੱਚ, ਉੱਥੇ ਜਾਣ ਦਾ ਮੌਕਾ ਮਿਲਿਆ ਸੀ। ਮੈਂ ਪਹਿਲੀ ਵਾਰੀ ਉਦੋਂ ਉੱਥੇ ਗਿਆ ਸੀ ਅਤੇ ਉੱਥੇ ਲਗਭਗ ਸਾਰੀ ਹੀ ਟ੍ਰੇਡ ਹੁੰਦੀ ਹੈ, ਪੰਜਾਬੀ ਇੰਡਸਟਰੀ ਵੀ, ਹਿੰਦੀ ਇੰਡਸਟਰੀ ਵੀ, ਸਾਊਥ, ਤੇਲਗੂ, ਤਾਮਿਲ, ਹਰ ਭਾਸ਼ਾਵਾਂ ਦੇ ਉੱਥੇ ਜਿਹੜੇ ਇੰਡਸਟਰੀ ਦੇ ਲੋਕ ਹੁੰਦੇ ਨੇ ਉਹ ਸ਼ਿਰਕਤ ਕਰਦੇ ਨੇ। ਉੱਥੇ ਕੁਝ ਦੋਸਤਾਂ ਨੇ ਮੈਨੂੰ ਪੁੱਛਿਆ, ਕਿਸੇ ਆਰਟਿਸਟ ਦਾ ਨੰਬਰ ਪੁੱਛਿਆ ਸੀ ਵੀ ਇਹਨਾਂ ਨੰਬਰ ਫਲਾਣੇ ਦਾ ਚਾਹੀਦਾ, ਮੇਰੇ ਕੋਲ ਨਹੀਂ ਸੀ। ਫਿਰ ਮੈਂ ਕਿਸੇ ਤੋਂ ਲੈ ਕੇ ਦੇਣ ਦੀ ਕੋਸ਼ਿਸ਼ ਕੀਤੀ, ਇਹਦੇ ਲਈ ਮੈਂ 2-3 ਜਣਿਆਂ ਨੂੰ ਚੰਡੀਗੜ੍ਹ, ਪੰਜਾਬ ਫੋਨ ਕੀਤੇ, ਪਰ ਉਹ ਨੰਬਰ ਕਿਤੋਂ ਨਹੀਂ ਮਿਲਿਆ। ਉਹ ਸਾਹਮਣੇ ਸ਼ਖਸ ਦਾ ਮੈਨੂੰ ਸਵਾਲ ਸੀ ਵੀ ਤੁਹਾਡੀ ਪੰਜਾਬੀ ਇੰਡਸਟਰੀ ਦੀ ਕੋਈ ਟੈਲੀਫੋਨ ਡਾਇਰੈਕਟਰੀ ਨਹੀਂ ਆਉਂਦੀ? ਅੱਛਾ, ਮੈਨੂੰ ਲੱਗਿਆ ਵੀ ਹਾਂ, ਮੈਂ ਕਿਹਾ ਵੀ ਨਹੀਂ ਆਉਂਦੀ, ਬਾਕੀ ਮੈਂ ਪਤਾ ਕਰੂੰਗਾ ਜਾ ਕੇ। ਫਿਰ ਵਾਪਸ ਆ ਕੇ ਜਦੋਂ ਮੈਂ ਚੰਡੀਗੜ੍ਹ ਪਤਾ ਕੀਤਾ ਤਾਂ ਸੱਚੀਆਂ ਕੋਈ ਇੱਦਾਂ ਦੀ ਡਾਇਰੈਕਟਰੀ ਨਹੀਂ ਆਉਂਦੀ ਸੀ, ਅਤੇ ਉਦੋਂ ਜਿਹੜੀ ਇੰਡਸਟਰੀ ਸੀ ਉਹ ਔਰਗਨਾਈਜ਼ ਹੋ ਰਹੀ ਸੀ। ਠੀਕ ਹੈ ਸਰ। ਮਤਲਬ ਕਿ ਜੁੜਨ ਲੱਗੀ ਸੀ ਇੰਡਸਟਰੀ, ਇੱਥੇ ਟ੍ਰੇਡ ਦੇ ਵਿੱਚ ਲੋਕ ਆਉਣ ਲੱਗੇ ਸੀ। ਹਾਂਜੀ ਸਰ। ਅਤੇ ਉਹਨਾਂ ਦਿਨਾਂ ਦੇ ਵਿੱਚ ਜ਼ਰੂਰਤ ਵੀ ਮਹਿਸੂਸ ਹੋਈ। ਮੈਂ ਕੁਝ ਆਪਣੇ ਦੋਸਤਾਂ ਨਾਲ ਸਾਂਝੀ ਕੀਤੀ ਗੱਲ ਅਤੇ ਉਹ ਕਹਿੰਦੇ ਵੀ ਬੜਾ ਵਧੀਆ ਉਪਰਾਲਾ, ਆਪਾਂ ਨੂੰ ਕਰਨਾ ਚਾਹੀਦਾ। ਸੋ ਉਦੋਂ ਮੈਂ ਜੋਬ ਵੀ ਕਰ ਦਿੰਦੀ, ਜੋਬ ਦੇ ਨਾਲ ਨਾਲ ਫਿਰ ਮੈਂ ਸ਼ੁਰੂ ਕੀਤਾ। ਪਹਿਲਾਂ ਮੈਂ ਬੋਂਬੇ ਦੀਆਂ ਡਾਇਰੈਕਟਰੀਸ ਦੇਖੀਆਂ ਨੇ ਉਹ ਕਿਸ ਤਰੀਕੇ ਦੀ ਬਣਦੀਆਂ ਨੇ, ਉੱਥੇ ਡਾਟਾ ਬਹੁਤ ਹੁੰਦਾ ਕਿਉਂਕਿ ਉਹ ਇੰਡਸਟਰੀ ਬਹੁਤ ਫੈਲੀ ਹੋਈ ਆ, ਸਾਡੀ ਇੰਡਸਟਰੀ ਹਾਲੇ ਉਦੋਂ ਛੋਟੀ ਸੀ। ਫਿਰ ਕੋਸ਼ਿਸ਼ ਕੀਤੀ, ਉਦੋਂ 2.5 ਲੱਖ ਰੁਪਇਆ ਲੱਗਿਆ, ਉਦੋਂ 2.5 ਲੱਖ ਰੁਪਇਆ ਇਕੱਠਾ ਕਰਨਾ ਵੀ ਬੜਾ ਮੁਸ਼ਕਲ ਸੀ, ਹੈ ਨਾ? ਬਿਲਕੁਲ ਸਰ। ਸੋ ਕੀਤੀ ਉਹ, ਮੇਰਾ ਖਿਆਲ 180 ਪੇਜਾਂ ਦੀ ਸਾਡੀ ਉਹ ਪਹਿਲੀ ਟੈਲੀਫੋਨ ਡਾਇਰੈਕਟਰੀ ਸੀ, 2012 ਦੇ ਵਿੱਚ ਉਹ ਆਈ ਸੀ। ਉਸ ਤੋਂ ਬਾਅਦ 2 ਕੁ ਸਾਲਾਂ ਬਾਅਦ ਫਿਰ ਲੋਕਾਂ ਨੇ ਕਹਿਣਾ ਸ਼ੁਰੂ ਕੀਤਾ ਵੀ ਯਾਰ ਡਾਇਰੈਕਟਰੀ ਬਣਾਈ ਸੀ, ਬਹੁਤ ਵਧੀਆ, ਸਾਡਾ ਨੰਬਰ ਹੈ ਨਹੀਂ ਸੀ ਉਹਦੇ ਵਿੱਚ, ਮਤਲਬ ਕਿ ਅਲਾਂਬੇ ਹੋਣੇ ਸ਼ੁਰੂ ਹੋ ਗਏ। ਅੱਛਾ ਸਰ। ਸਾਡੇ ਨੰਬਰ ਉਹਦੇ ਵਿੱਚ ਪਾਏ ਨਹੀਂ ਗਏ ਜਾਂ ਆਹ ਚੀਜ਼ਾਂ ਨਹੀਂ ਗਈਆਂ। ਫਿਰ ਮੈਨੂੰ ਲੱਗਿਆ ਚਲੋ ਇੱਕ ਵਾਰ ਫਿਰ ਕੋਸ਼ਿਸ਼ ਕਰਦੇ ਹਾਂ, ਉਦੋਂ ਤੱਕ ਇੰਡਸਟਰੀ ਬਹੁਤ ਵੱਡੀ ਹੋ ਗਈ ਸੀ। ਫਿਰ ਕੋਸ਼ਿਸ਼ ਕੀਤੀ, ਦੂਜੀ ਡਾਇਰੈਕਟਰੀ ਨਿਕਲੀ, ਫਿਰ ਇੱਦਾਂ ਹੀ ਹੁਣ ਤੀਜੀ, ਹੁਣ ਚੌਥੀ 'ਤੇ ਕੰਮ ਚੱਲਦਾ ਪਿਆ ਵੀ ਕਾਫਲਾ ਤੁਰ ਪਿਆ ਅੱਗੇ ਨੂੰ। ਠੀਕ ਹੈ ਸਰ। ਅਤੇ ਸਰ, ਤੁਸੀਂ ਕਾਫੀ ਇੱਕ ਚੈਰੀਟੇਬਲ ਕੰਮ ਕੀਤਾ ਚੈਰਿਟੀ, ਹਾਂਜੀ ਹਾਂਜੀ, ਉਹਦੇ ਬਾਰੇ ਵੀ ਦੱਸੋ ਤੁਸੀਂ ਡਾਇਰੈਕਟਰੀ ਨੂੰ ਕਿਵੇਂ ਚੈਰਿਟੀ ਨਾਲ। ਐਕਚੁਅਲੀ ਨਾ ਅਸੀਂ ਇਹ ਡਾਇਰੈਕਟਰੀ ਕੋਈ ਕਮਾਈ ਲਈ ਨਹੀਂ ਬਣਾਉਂਦੇ। ਬਿਲਕੁਲ ਸਰ। ਜਿਵੇਂ ਬੰਬੇ ਦੇ ਵਿੱਚ ਟੋਟਲੀ ਇੰਡਸਟਰੀ ਕਮਰਸ਼ੀਅਲ ਆ, ਤੁਸੀਂ ਕਿਸੇ ਵੀ ਕੈਟਾਗਰੀ 'ਚ ਆਪਣਾ ਨਾਮ ਲਿਸਟਿੰਗ ਕਰਾਉਣਾ, ਉਹਨਾਂ ਨੇ ਇੱਕ ਸਪੈਸੀਫਿਕ ਫੀਸ ਰੱਖੀ ਹੋਈ ਆ ਵੀ ਤੁਸੀਂ ਫੀਸ ਪੇ ਕਰੋ, ਤੁਹਾਡਾ ਨੰਬਰ ਉਹਦੇ 'ਚ ਡਾਇਰੈਕਟਰੀ 'ਚ ਐਡ ਹੋਊਗਾ, ਪਲੱਸ ਤੁਹਾਨੂੰ ਡਾਇਰੈਕਟਰੀ ਦੀ ਕਾਪੀ ਦਿੱਤੀ ਜਾਊਗੀ। ਅਸੀਂ ਇੱਦਾਂ ਦਾ ਕੁਝ ਵੀ ਨਹੀਂ ਸ਼ੁਰੂ ਤੋਂ ਕੀਤਾ। ਡਾਇਰੈਕਟਰੀ 'ਚ ਕੋਈ ਵੀ ਬੰਦਾ ਟ੍ਰੇਡ 'ਚ ਕੰਮ ਕਰਦਾ ਹੋਵੇ, ਵਰਕਿੰਗ ਹੋਵੇ, ਫਰੈਸ਼ਰ ਨਹੀਂ, ਅਸੀਂ ਉਹਦਾ ਨੰਬਰ ਐਡ ਆਨ ਕਰਦੇ ਹਾਂ ਔਰ ਫ੍ਰੀ ਆਫ ਕੋਸਟ ਕਰਦੇ ਹਾਂ। ਅਤੇ ਡਾਇਰੈਕਟਰੀ ਸੇਲ ਵੀ ਨਹੀਂ ਕਰਦੇ ਵੀ ਇਹ ਨਹੀਂ ਜਿਹੜਾ ਮਰਜ਼ੀ ਬੰਦਾ ਜਾ ਕੇ ਕਿਸੇ ਬੁੱਕ ਸ਼ਾਪ ਤੋਂ ਜਾ ਕੇ ਡਾਇਰੈਕਟਰੀ ਲੈ ਆਵੇ, ਅਸੀਂ ਇੱਦਾਂ ਨਹੀਂ ਕਰਦੇ। ਅਤੇ ਸੋ ਇਸ ਵਾਰੀ ਮੈਂ ਸੋਚਿਆ ਵੀ ਕਿਉਂ ਨਾ ਕੁਝ ਵੱਖਰਾ ਕੀਤਾ ਜਾਵੇ ਹੋਰ ਥੋੜ੍ਹਾ ਜਿਹਾ, ਅਤੇ ਕਿਉਂਕਿ ਲੋਕ ਡਾਇਰੈਕਟਰੀ ਲੈ ਜਾਂਦੇ, ਅਸੀਂ ਦੇ ਦਿੰਦੇ ਹਾਂ, ਹੈ ਨਾ, ਅਗਲਾ ਲੈ ਕੇ ਰੱਖ ਲੈਂਦਾ। ਮੈਂ ਸੋਚਿਆ ਵੀ ਡਾਇਰੈਕਟਰੀ ਨੂੰ ਵੀ ਸਾਨੂੰ ਉਹਦਾ ਕੀ ਫਾਇਦਾ ਕਿਸੇ ਨੂੰ ਕਾਪੀ ਦੇ ਕੇ, ਜੇ ਸਾਨੂੰ ਨਹੀਂ ਫਾਇਦਾ ਘੱਟੋ ਘੱਟ ਕਿਸੇ ਨੂੰ ਤਾਂ ਉਸ ਚੀਜ਼ ਦਾ ਫਾਇਦਾ ਹੋਵੇ। ਫਿਰ ਅਸੀਂ ਸੋਚਿਆ ਵੀ ਡਾਇਰੈਕਟਰੀ ਅਸੀਂ ਹਰ ਇੱਕ ਬੰਦੇ ਨੂੰ ਦੇਵਾਂਗੇ, ਪਰ ਉਹਦੇ ਬਦਲੇ ਉਹਨੂੰ ਇੱਕ ਛੋਟਾ ਜਿਹਾ ਕੰਮ ਕਰਨਾ ਪਊਗਾ। ਕੰਮ ਇਹ ਆ ਵੀ ਤੁਸੀਂ ਜਿਹੜੇ ਵੀ ਇਲਾਕੇ ਨੂੰ ਬਿਲੋਂਗ ਕਰਦੇ ਹਾਂ, ਤੁਹਾਡੇ ਆਲੇ ਦੁਆਲੇ ਸਰਕਾਰੀ ਸਕੂਲ ਹੋਣਗੇ, ਤੁਸੀਂ 8ਵੀਂ ਤੱਕ ਤੋਂ ਥੱਲੜੇ ਬੱਚੇ ਕਿਸੇ ਨੂੰ ਵੀ ਸਾਲ ਦੀਆਂ ਕਿਤਾਬਾਂ ਕਾਪੀਆਂ ਲੈ ਦਿਉ, ਮਤਲਬ ਕਿ 500-700 ਰੁਪਏ ਦੇ ਵਿੱਚ ਖਰਚ ਕਰ ਦਿਉ, ਜਾਂ ਕਿਸੇ ਦੀ ਸਾਲ ਦੀ ਫੀਸ ਭਰ ਦਿਉ, ਤੁਹਾਨੂੰ ਅਸੀਂ ਡਾਇਰੈਕਟਰੀ ਦੇ ਦਾਂਗੇ, ਈਵਨ ਤੁਹਾਡੇ ਘਰ ਪਹੁੰਚਾ ਦਾਂਗੇ, ਕੋਰੀਅਰ ਕਰ ਦਾਂਗੇ। ਜੇ ਕੋਈ ਨਹੀਂ ਇੱਦਾਂ ਕਰਨਾ ਚਾਹੁੰਦਾ, ਅਸੀਂ ਕੋਈ ਜ਼ਬਰਦਸਤੀ ਨਹੀਂ, ਅਸੀਂ ਫਿਰ ਵੀ ਡਾਇਰੈਕਟਰੀ ਦਾ ਦੇਵਾਂਗੇ ਹੀ ਦੇਵਾਂਗੇ। ਮੇਰਾ ਮਤਲਬ ਜੇ ਇੱਦਾਂ ਕੋਈ ਆਖੇ ਲੱਗ ਕੇ 700-800 ਹਜ਼ਾਰ ਬੱਚੇ ਦੀ ਵੀ ਫੀਸ ਭਰੀ ਗਈ ਜਾਂ ਕਿਤਾਬਾਂ ਮਿਲ ਗਈਆਂ, ਤਾਂ ਮੈਨੂੰ ਲੱਗਦਾ ਵੀ ਸਾਡੀ ਇਹ ਪੋਸਟ ਸਫਲ ਹੋ ਜੂਗੀ। ਬਹੁਤ ਅੱਛਾ ਕਦਮ, ਇਹ ਉਪਰਾਲਾ ਜੀ, ਬਹੁਤ ਅੱਛਾ ਕਦਮ। ਅਤੇ ਸਰ, ਤੁਸੀਂ ਫਰੀਦਕੋਟ ਤੋਂ ਇੱਕ ਮੁੰਡਾ ਉੱਠਦਾ ਅਤੇ ਫਾਈਵ ਵੁੱਡ ਤੱਕ ਪਹੁੰਚਦਾ ਜੀ,
ਇਹ ਕਿਸ ਤਰ੍ਹਾਂ ਰਿਹਾ ਸਫ਼ਰ? ਜਦੋਂ ਤੁਸੀਂ ਸਫ਼ਰ 'ਤੇ ਚੱਲਦੇ ਹੋ ਤੁਹਾਨੂੰ ਖੁਦ ਨੂੰ ਨਹੀਂ ਪਤਾ ਚੱਲਦਾ ਵੀ ਤੁਸੀਂ ਚੱਲਦੇ ਰਹਿੰਦੇ, ਕਿਉਂਕਿ ਖੁਮਾਰੀ ਹੁੰਦੀ ਹੈ ਇੱਕ। ਬਿਲਕੁਲ। ਮੈਂ ਮੇਰੇ ਘਰ ਦਾ ਤੁਹਾਨੂੰ ਲਾਈਫ 'ਚ ਕਿਸੇ ਪਾਸੇ ਤੋਰਨ ਨੂੰ ਨਾ ਤੁਹਾਡੇ ਘਰ ਦਾ ਮਾਹੌਲ, ਤੁਹਾਡਾ ਆਲਾ ਦੁਆਲਾ ਬਹੁਤ ਵੱਡਾ ਭੂਮਿਕਾ ਨਿਭਾਉਂਦਾ। ਮੇਰੇ ਫਾਦਰ ਸਾਹਿਬ ਬੇਸਿਕਲੀ ਤਾਂ ਗੌਰਮੈਂਟ ਜੋਬ ਕਰਦੇ ਨੇ, ਪਰ ਉਹਨਾਂ ਦਾ ਰੁਝਾਨ ਸੀ ਸ਼ੁਰੂ ਤੋਂ ਲਿਖਣ ਪੜ੍ਹਨ ਵੱਲ। ਸੋ ਇੱਦਾਂ ਹੀ ਰੁਝਾਨ, ਮੈਨੂੰ ਪਤਾ ਮੈਂ ਜਿਹੜੀ ਸ਼ੁਰੂਆਤ ਕੀਤੀ ਸੀ ਪੜ੍ਹਨ ਤੋਂ, ਉਹਨਾਂ ਦਿਨਾਂ ਦੇ ਵਿੱਚ ਨਾ ਦੋ ਰਸਾਲੇ ਆਉਂਦੇ ਹੁੰਦੇ ਸੀ, ਪੰਖੜੀਆਂ ਅਤੇ ਪ੍ਰਾਇਮਰੀ ਸਿੱਖਿਆ। ਪ੍ਰਾਇਮਰੀ ਸਿੱਖਿਆ ਮਹੀਨੇ ਬਾਅਦ ਆਉਂਦੇ ਹੁੰਦੇ, ਇੱਕ 15 ਦਿਨਾਂ ਬਾਅਦ ਆਉਂਦਾ ਹੁੰਦਾ ਸੀ ਪੰਦਰਵਾੜਾ ਸੀ। ਮੈਂ ਉਹ ਪੜ੍ਹਦਾ ਹੁੰਦਾ ਸੀ, ਉਹ ਪੜ੍ਹਨ ਦੇ ਪੜ੍ਹਦੇ ਕਿਤਾਬਾਂ ਨਾਲ ਜੁੜ ਗਏ, ਅਖਬਾਰਾਂ ਨਾਲ ਜੁੜ ਗਏ ਲਿਖ। ਮੈਂ ਪਲੱਸ 1 ਦੇ ਵਿੱਚ ਸੀ ਜਦੋਂ ਮੈਂ ਲਿਖਣ ਦੀ ਕੋਸ਼ਿਸ਼ ਕਰਦਾ ਸੀ, ਪਲੱਸ 1 'ਚ ਕੀਤੀ, ਪਲੱਸ 2 'ਚ ਲਿਖਣ ਲੱਗ ਗਿਆ। ਬੀ ਏ ਫਸਟ ਈਅਰ 'ਚ ਜਾਂਦਿਆਂ ਜਾਂਦਿਆਂ ਮੈਂ ਅਖਬਾਰਾਂ ਦੇ ਵਿੱਚ ਛਪਣ ਲੱਗ ਗਿਆ ਸੀ। ਮੇਰੀ ਲਾਈਫ ਦਾ ਪਹਿਲਾ ਆਰਟੀਕਲ ਟ੍ਰਿਬਿਊਨ ਦੇ ਵਿੱਚ ਛਪਿਆ ਸੀ। ਟ੍ਰਿਬਿਊਨ ਤੋਂ ਮੇਰੀ ਸ਼ੁਰੂਆਤ ਹੋਈ ਸੀ, ਪੰਜਾਬੀ ਟ੍ਰਿਬਿਊਨ ਤੋਂ ਮੇਰੀ ਬੇਸਿਕਲੀ ਸ਼ੁਰੂਆਤ ਹੋਈ ਸੀ। ਲਿਖਣ ਲੱਗ ਗਿਆ, ਕਾਫੀ ਆਰਟੀਕਲ ਛਪੇ ਬੀ ਏ ਫਸਟ ਈਅਰ ਦੇ ਵਿੱਚ। ਬੀ ਏ ਫਸਟ ਈਅਰ ਦੇ ਦਰਿਆਨ ਹੀ ਦੌਰਾਨ ਮੇਰੇ ਫਾਦਰ ਨੂੰ ਅਟੈਕ ਆ ਗਿਆ ਸੀ, ਅਤੇ ਉਹ ਮੇਰਾ ਸਾਲ ਖਰਾਬ ਹੋ ਗਿਆ ਸੀ ਐਗਜ਼ਾਮ ਦੇ ਨੇੜੇ ਆ ਕੇ। ਅਤੇ ਮੈਂ ਵਿਹਲਾ ਸੀ, ਮੈਨੂੰ ਪਤਾ ਸੀ ਹੁਣ ਮੈਂ ਸਾਲ ਮੇਰਾ ਵਾਪਸ ਲੱਗਣਾ। ਅਤੇ ਫਿਰ ਮੈਂ ਨਾਲ ਹੌਲੀ ਹੌਲੀ ਇੱਥੇ ਸਾਡੇ ਇੱਥੋਂ ਪੇਪਰ ਅਮਰ ਉਜਾਲਾ ਹਿੰਦੀ ਪੇਪਰ ਉਦੋਂ ਲਾਂਚ ਹੋਇਆ ਸੀ, ਉਹਨਾਂ ਔਫਿਸ ਸੀਗਾ, ਉਹ ਔਫਿਸ ਜਾਣ ਲੱਗ ਗਿਆ। ਉਹਨਾਂ ਨੇ ਹੌਲੀ ਹੌਲੀ ਮੈਨੂੰ, ਮੈਂ ਟਾਈਪਿੰਗ ਸ਼ੁਰੂ ਤੋਂ ਸਿੱਖੀ ਹੋਈ ਹੈ, ਮੈਂ ਪੰਜਾਬੀ ਦੀ ਟਾਈਪਿੰਗ, ਹਿੰਦੀ ਦੀ ਟਾਈਪਿੰਗ, ਇੰਗਲਿਸ਼ ਦੀ ਟਾਈਪਿੰਗ ਕਰ ਲੈਂਦਾ ਸੀਗਾ। ਠੀਕ ਹੈ ਸਰ। ਫਿਰ ਉੱਥੇ ਹੌਲੀ ਹੌਲੀ ਖਬਰਾਂ ਬਣਾਉਣ ਲੱਗ ਗਿਆ, ਉਹਨਾਂ ਨੇ ਮੈਨੂੰ ਐਜ਼ ਏ ਸਿਟੀ ਰਿਪੋਰਟਰ ਰੱਖ ਲਿਆ। ਐਜੂਕੇਸ਼ਨ, ਸਪੋਰਟਸ ਅਤੇ ਕਲਚਰ ਮੈਂ ਉਹਨਾਂ ਦੀ ਬੀਟ ਦੇਖਦਾ ਹੁੰਦਾ ਸੀ। ਬੀ ਏ ਫਸਟ ਈਅਰ 'ਚ ਫਿਰ ਦਾਖਲਾ ਦਾ ਲਿਖਣ ਲੱਗ ਗਿਆ, ਰੁਝਾਨ ਵੱਧਦਾ, ਕਾਲਜ ਦੀਆਂ ਖਬਰਾਂ ਲਿਖਣੀਆਂ, ਕਾਲਜ ਵਾਲਿਆਂ ਨੇ ਕਹਿਣਾ ਆਹ ਖਬਰ, ਮਤਲਬ ਕਿ ਸ਼ੌਂਕ ਮੰਨ ਲੱਗ ਗਿਆ, ਰਿਸਪੈਕਟ ਮਿਲਣ ਲੱਗ ਗਈ। ਇਹਦੇ ਨਾਲ ਮੇਰੇ ਅੰਦਰ ਜੋ ਬਿਲਟ ਅਪ ਹੁੰਦਾ ਗਿਆ ਵੀ ਮੈਂ ਇਸ ਲਾਈਨ 'ਚ ਹੀ ਆਉਣਾ, ਮੈਂ ਡਿਸਾਈਡ ਕਰ ਲਿਆ ਸੀ ਮੈਂ ਇਸ ਲਾਈਨ 'ਚ ਆਉਣਾ। ਫਿਰ ਕਾਲਜ ਦੌਰਾਨ ਹੀ ਮੈਂ ਜੁਆਇਨ ਕੀਤਾ ਸੀ ਦੈਨਿਕ ਜਾਗਰਣ, ਉਦੋਂ ਬਾਅਦ ਉਹ ਫ੍ਰੀ ਸੀ ਪਹਿਲਾਂ ਅਮਰਿਆਲਾ, ਜਾਗਰਣ 'ਚ ਪੈਸੇ ਮਿਲਣ ਲੱਗ ਗਏ ਥੋੜ੍ਹੇ ਥੋੜ੍ਹੇ। ਫਿਰ ਮੈਂ ਦੇਸ਼ ਸੇਵਕ ਜੁਆਇਨ ਕਰ ਲਿਆ ਸੀ। ਫ੍ਰੀਲਾਂਸ ਰਾਈਟਰ ਮੈਂ ਟ੍ਰਿਬਿਊਨ ਲਈ, ਅਜੀਤ ਲਈ, ਜਗਬਾਣੀ ਲਈ, ਜਿੰਨੇ ਪੇਪਰ ਛਪਦੇ ਨੇ ਉਹਨਾਂ ਲਈ ਲਿਖਦਾ ਰਹਿੰਦਾ ਸੀ। ਸੋ ਜਦੋਂ ਗ੍ਰੈਜੂਏਸ਼ਨ ਕਰਦਿਆਂ ਕਰਦਿਆਂ ਮੈਂ ਦੇਸ਼ ਸੇਵਕ ਦੇ ਵਿੱਚ ਜੋਬ ਕਰਨ ਲੱਗ ਗਏ, ਅੱਛਾ ਮੇਰਾ ਨਾਮ ਬਣਨ ਲੱਗ ਗਿਆ ਸੀ ਆਪਦੇ ਇਲਾਕੇ ਦੇ ਵਿੱਚ। ਦੇਸ਼ ਸੇਵਕ ਨੇ ਪਹਿਲਾਂ ਮੈਨੂੰ ਸਟਿੰਗਰ ਰੱਖਿਆ ਸੀ, ਫਿਰ ਉਹਨਾਂ ਨੇ ਮੈਨੂੰ ਰਿਪੋਰਟਰ ਬਣਾਤਾ, ਫਿਰ ਉਹਨਾਂ ਨੇ ਮੈਨੂੰ ਸਟਾਫ ਰਿਪੋਰਟਰ ਬਣਾਇਆ। ਦੈਨ ਉਦੋਂ ਤੱਕ ਮੇਰੇ ਬਾਕੀ ਅਖਬਾਰਾਂ 'ਚ ਕਾਫੀ ਆਰਟੀਕਲ ਛਪ ਗਏ। ਫਿਰ ਮੈਂ ਗ੍ਰੈਜੂਏਸ਼ਨ ਤੋਂ ਬਾਅਦ ਮਾਸ ਕਮਿਊਨੀਕੇਸ਼ਨ ਕੀਤੀ, ਡਿਗਰੀ ਕੀਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ। ਠੀਕ ਹੈ ਸਰ। ਇਸ ਦਰਮਿਆਨ ਮੈਂ ਖੁੱਲ੍ਹ ਕੇ ਲਿਖਣ ਲੱਗ ਗਿਆ, ਵੱਲ ਵੀ ਆ ਗਿਆ, ਹੱਲਾਸ਼ੇਰੀ ਵੀ ਮਿਲੀ ਨਾਲ ਨਾਲ, ਸਟੱਡੀ ਨਾਲ ਪਤਾ ਵੀ ਲੱਗਿਆ ਵੀ ਕੀ ਟਰਮ ਆਫ ਕੰਡੀਸ਼ਨਸ ਹੁੰਦੇ ਨੇ ਜੇ ਤੁਸੀਂ ਜਰਨਲਿਜ਼ਮ ਕਰਦੇ ਹੋ, ਹੈ ਨਾ। ਕਰਦੇ ਕਰਾਉਂਦੇ ਫਿਰ ਮੈਂ ਨਾਲ ਮਾਸ ਕਮਿਊਨੀਕੇਸ਼ਨ ਸਟਾਰਟ ਕੀਤੀ। ਇਨ ਬਿਟਵੀਨ ਮੈਨੂੰ ਸਪੋਕਸ ਦੇਸ਼ ਸੇਵਕ ਨੇ ਐਜ਼ ਏ ਮੈਗਜ਼ੀਨ ਐਡੀਟਰ ਚੰਡੀਗੜ੍ਹ ਬੁਲਾ ਲਿਆ। ਠੀਕ ਹੈ। ਮੈਂ ਫਿਰ ਥੋੜ੍ਹਾ ਸਮਾਂ ਮੈਗਜ਼ੀਨ ਐਡੀਟਰ ਦੇ ਤੌਰ 'ਤੇ ਕੰਮ ਕੀਤਾ ਦੇਸ਼ ਸੇਵਕ ਲਈ। ਉਸ ਤੋਂ ਬਾਅਦ ਫਿਰ ਸਪੋਕਸਮੈਨ 'ਚ ਚਲਾ ਗਿਆ ਮੈਂ। ਸਪੋਕਸਮੈਨ ਦੇ ਵਿੱਚ ਮੈਂ ਸਬ ਐਡੀਟਰ ਦੇ ਤੌਰ 'ਤੇ ਉੱਥੇ ਥੋੜ੍ਹਾ ਟਾਈਮ ਲਾਇਆ। ਉਹਨਾਂ ਦਿਨਾਂ ਦੇ ਵਿੱਚ ਹੀ ਇੱਕ ਡੇ ਐਂਡ ਨਾਈਟ ਨਿਊਜ਼ ਚੈਨਲ ਸ਼ੁਰੂ ਹੋਇਆ ਸੀ। ਉਹ ਚੈਨਲ ਹੀ ਇਸ ਲੈਵਲ ਦਾ ਸੀ ਵੀ ਉਹਦੇ 'ਚ ਜੋਬ ਕਰਨੀ ਬੰਦਾ ਕਹਿੰਦਾ ਮਾਣ ਵਾਲੀ ਗੱਲ ਆ, ਅਤੇ ਉੱਥੇ ਜੋਬ ਮਿਲਦੀ ਨਹੀਂ ਸੀ, ਬਹੁਤ ਔਖੀ ਜੋਬ ਹੁੰਦੀ ਸੀ ਉੱਥੇ। ਮਤਲਬ ਕਿ ਜੇ ਤੁਸੀਂ ਡੇ ਨਾਈਟ 'ਚ ਜੋਬ ਕਰ ਰਹੇ ਤੁਹਾਡੇ 'ਤੇ ਸਟੈਂਪ ਸੀ ਵੀ ਇਹ ਬੰਦਾ ਐਕਸਪੀਰੀਅੰਸ ਆ ਔਰ ਟ੍ਰੇਨਡ ਬੰਦਾ ਪੂਰਾ। ਇਹ ਚੀਜ਼ ਸੀ ਮੇਰੀ, ਫਿਰ ਦਿਲੀ ਇੱਛਾ ਸੀ ਵੀ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਡੇ ਐਂਡ ਨਾਈਟ 'ਚ ਅਪਲਾਈ ਕਰਾਂ, ਪਰ ਮੇਰੇ ਕੋਲ ਇਲੈਕਟ੍ਰੋਨਿਕ ਮੀਡੀਆ ਦਾ ਐਕਸਪੀਰੀਅੰਸ ਨਹੀਂ ਸੀ। ਅੱਛਾ ਸਰ। ਫਿਰ ਮੈਂ ਕੋਸ਼ਿਸ਼ ਕਰਦਾ ਰਿਹਾ ਕਰਦਾ ਰਿਹਾ, ਮੈਨੂੰ ਕਿਸੇ ਨੇ ਸਲਾਹ ਦਿੱਤੀ ਵੀ ਥੋੜ੍ਹਾ ਸਿੱਖ ਲਾ ਇਲੈਕਟ੍ਰੋਨਿਕ ਬਾਰੇ ਇੰਟਰਵਿਊ ਤੋਂ ਪਹਿਲਾਂ। ਫਿਰ ਮੈਂ 2-3 ਮਹੀਨੇ ਲਾ ਕੇ ਇਲੈਕਟ੍ਰੋਨਿਕ ਮੀਡੀਆ ਬਾਰੇ ਸਿੱਖਿਆ, ਕਿਵੇਂ ਨਿਊਜ਼ ਫਲੈਸ਼ ਹੁੰਦੀ ਆ, ਕਿਸ ਤਰੀਕੇ ਨਾਲ ਹੁੰਦਾ। ਫਿਰ ਮੈਂ ਲੱਕੀਲੀ ਮੈਨੂੰ ਡੇ ਨਾਈਟ ਦੇ ਵਿੱਚ ਇੰਟਰ ਕਰਨ ਦਾ ਮੌਕਾ ਮਿਲਿਆ। ਫਿਰ ਮੈਂ ਸਪੋਕਸਮੈਨ ਛੱਡ ਕੇ ਉੱਧਰ ਜੋਬ ਕੀਤੀ। ਪਹਿਲਾਂ ਮੈਂ ਅਸਿਸਟੈਂਟ ਪ੍ਰੋਡਿਊਸਰ ਉੱਥੇ ਕਾਫੀ ਸਮਾਂ ਕੰਮ ਕੀਤਾ, ਫਿਰ ਮੈਂ ਪ੍ਰੋਡਿਊਸਰ ਦੇ ਤੌਰ 'ਤੇ, ਐਸੋਸੀਏਟ ਪ੍ਰੋਡਿਊਸਰ ਦੇ ਤੌਰ 'ਤੇ ਉੱਥੇ ਜੋਬ ਕੀਤੀ। ਪੰਜਾਬੀ ਦੇ ਬੁਲੇਟਿਨ ਜਿਹੜੇ ਸੀ ਹੁੰਦੇ ਸੀ ਉੱਥੇ ਚੱਲਦੇ, ਉਹ ਮੈਂ ਤਿਆਰ ਕਰਦਾ ਹੁੰਦਾ ਸੀ ਉੱਥੇ, ਨਾਲ ਨਾਲ ਥੋੜ੍ਹਾ ਥੋੜ੍ਹਾ ਇੰਟਰਟੇਨਮੈਂਟ ਦੀ ਵੀ ਚੱਲਦਾ ਰਿਹਾ। ਔਰ ਮੈਂ ਜਿੰਨੇ ਪੇਪਰਾਂ ਦੇ ਵਿੱਚ ਕੰਮ ਕੀਤਾ, ਚਾਹੇ ਉਹ ਅਮਰ ਉਜਾਲਾ, ਚਾਹੇ ਉਹ ਦੈਨਿਕ ਜਾਗਰਣ ਆ, ਚਾਹੇ ਉਹ ਦੇਸ਼ ਸੇਵਕ ਆ, ਚਾਹੇ ਸਪੋਕਸਮੈਨ ਆ, ਚਾਹੇ ਉਹ ਡੇ ਨਾਈਟ ਆ, ਮੈਂ ਹਾਰਡ ਖਬਰਾਂ ਹੀ ਕਰਦਾ ਹੁੰਦਾ ਸੀ। ਮੈਂ ਕਿਤੇ ਇੰਟਰਟੇਨਮੈਂਟ ਨਹੀਂ ਕੀਤਾ ਪ੍ਰੋਪਰਲੀ, ਇੰਟਰਟੇਨਮੈਂਟ ਮੈਂ ਫ੍ਰੀ ਲਾਂਸ ਹੀ ਕਰਦਾ ਰਿਹਾ। ਠੀਕ ਹੈ ਸਰ। ਡੇ ਨਾਈਟ ਦੇ ਵਿੱਚ ਡੈਸਕ 'ਤੇ ਡਿਊਟੀ ਸੀ, ਪ੍ਰੋਡਿਊਸ ਕਰਦਾ ਸੀ ਪੂਰਾ ਬੁਲੇਟਿਨ ਹੁੰਦਾ ਸੀਗਾ ਅੱਧੇ ਘੰਟੇ ਦਾ, ਅਤੇ ਉਹ ਸਾਰੀਆਂ ਹਾਰਡ ਖਬਰਾਂ, ਹਰ ਤਰ੍ਹਾਂ ਦੀ ਖਬਰ ਉਹਦੇ ਵਿੱਚ ਹੁੰਦੀ ਸੀ। ਅਦਾਰਿਆਂ 'ਚ ਜਿੰਨਿਆਂ 'ਚ ਮੈਂ ਨੌਕਰੀ ਕੀਤੀ ਆ ਉਹ ਮੈਂ ਇੱਕ ਐਜ਼ ਏ ਜਰਨਲਿਸਟ ਕੀਤੀ, ਹਾਰਡ ਕੋਰ ਜਰਨਲਿਸਟ, ਬਟ ਫ੍ਰੀ ਲਾਂਸ ਜਿੰਨਾ ਕੀਤਾ ਉਹ ਮੈਂ ਇੰਟਰਟੇਨਮੈਂਟ ਕੀਤਾ। ਫਿਰ ਜਦੋਂ ਡੇ ਨਾਈਟ ਬੰਦ ਹੋਇਆ ਉਦੋਂ ਬਾਅਦ ਮੈਂ ਦੇਸ਼ ਆਪਣਾ ਸੋਰੀ ਅਜੀਤ ਦੇ ਵਿੱਚ ਨੌਕਰੀ ਕੀਤੀ ਚੰਡੀਗੜ੍ਹ ਦੇ। ਅਜੀਤ ਦੇ ਵਿੱਚ ਮੈਂ ਐਜ਼ ਏ ਲੀਗਲ ਕਰੋਸਪੋਂਡੈਂਟ, ਜਿਹਨੂੰ ਕਾਨੂੰਨੀ ਪੱਤਰਕਾਰ ਕਹਿੰਦੇ ਆ, ਮੈਂ ਉੱਥੇ ਜੋ ਨੌਕਰੀ ਕੀਤੀ।
ਉੱਥੇ ਲੱਗਿਆ ਮੈਨੂੰ ਘੁੱਟਣ ਮਹਿਸੂਸ ਹੋਣ ਲੱਗੀ ਵੀ ਮੈਂ ਹੁਣ ਬਹੁਤ ਨੌਕਰੀ ਕਰ ਲਈ, ਹੈ ਨਾ, ਵੀ ਹੁਣ ਜ਼ਿੰਦਗੀ 'ਚ ਕੁਝ ਹੋਰ ਕਰਨਾ ਚਾਹੀਦਾ। ਫਿਰ ਮੈਂ ਸਵਿੱਚ ਕਰਕੇ ਆਪਣਾ ਇੱਕ ਵੈਬ ਪੋਰਟਲ ਸਟਾਰਟ ਕੀਤਾ ਸੀਗਾ, ਫਾਈਵੁੱਡ, ਉਹਦੇ ਨਾਂ 'ਤੇ ਯੂਟਿਊਬ ਵਿੱਚ ਸਟਾਰਟ ਕੀਤਾ। ਯੂਟਿਊਬ 'ਤੇ ਚਲਾਉਣ ਲਈ ਤੁਹਾਨੂੰ ਕੋਲ ਸਾਧਨ ਦੀ ਜ਼ਰੂਰਤ ਬਹੁਤ ਹੁੰਦੀ ਹੈ ਨਾ, ਸੋ ਉਹ ਜਿੰਨੇ ਕੁ ਮੈਨੂੰ ਸਾਧਨ ਮਿਲਦੇ ਨੇ ਮੈਂ ਚਲਾਉਣਾ ਰਹਿੰਦਾ, ਬਟ ਮੇਰੀ ਵੈਬਸਾਈਟ ਜਿਹੜੀ ਸਾਡੀ ਉਹ ਬਹੁਤ ਅੱਛੀ ਚੱਲ ਰਹੀ ਆ। ਤੁਹਾਡਾ ਕਹਿਣਾ ਹੈ ਕਿ ਸਮਾਜ ਜਿਨ੍ਹਾਂ ਨੂੰ ਲੱਚਰ ਕਹਿੰਦਾ, ਜਿਹੜੇ ਗਾਇਕਾਂ ਨੂੰ, ਉਹਨਾਂ ਦੇ ਸ਼ੋਅ ਸਭ ਤੋਂ ਜ਼ਿਆਦਾ ਲੱਗ ਰਿਹਾ ਜੀ, ਅਤੇ ਇਹ ਲੱਚਰਤਾ ਦਾ ਪੈਮਾਨਾ ਕੀ ਹੈ ਭਾਜੀ? ਚੱਕਰ ਪਤਾ ਕੀ ਹੈ, ਅਸੀਂ ਨਾ ਲੱਚਰਤਾ ਜਿਹੜਾ ਸ਼ਬਦ ਆ ਉਹਨੂੰ ਡਿਫਾਈਨ ਹੀ ਨਹੀਂ ਕਰ ਪਾਉਂਦੇ। ਲੱਚਰਤਾ ਬੇਸਿਕਲੀ ਹੁੰਦੀ ਕੀ ਆ? ਬਿਲਕੁਲ, ਹਰ ਸੱਭਿਆਚਾਰ ਦੀਆਂ ਕੁਝ ਬੰਦਿਸ਼ਾਂ ਹੁੰਦੀਆਂ ਨੇ, ਕੁਝ ਖੁੱਲ੍ਹਾਂ ਹੁੰਦੀਆਂ ਨੇ, ਕਲਚਰ ਦਾ ਅਲੱਗ ਅਲੱਗ ਮਾਇਨੇ ਹੁੰਦੇ ਨੇ। ਜੇ ਤੁਸੀਂ ਚੰਡੀਗੜ੍ਹ ਦੀ ਸੜਕਾਂ 'ਤੇ ਕਿਸੇ ਕੁੜੀ ਮੁੰਡੇ ਨੂੰ ਹੱਥ ਫੜ ਕੇ ਤੁਰਦਾ ਦੇਖ ਲਓ, ਤੂੰ ਆਪਣੇ ਲਈ ਨੋਰਮਲ ਆ, ਨੋਰਮਲ ਆ। ਜੇ ਤੁਸੀਂ ਪਿੱਛੇ ਨੂੰ ਜਾਓ, ਪੰਜਾਬ ਦੇ ਪਿੰਡਾਂ ਦੇ ਵਿੱਚ ਜਾਓ, ਖਾਸ ਤੌਰ 'ਤੇ ਮਾਲਵੇ ਦੇ ਪਿੰਡਾਂ ਦੇ ਵਿੱਚ ਜਾਓ, ਉੱਥੇ ਤੁਸੀਂ, ਤੁਹਾਡੀ ਚਾਹੇ ਉਹ ਪਤਨੀ ਵੀ ਆ, ਪਰ ਉਹ ਖੁੱਲ੍ਹ ਨਹੀਂ ਮਿਲਦੀ ਉਸ ਲੈਵਲ ਦੀ। ਸੋ ਕਲਚਰ ਅਲੱਗ ਅਲੱਗ ਤਰੀਕੇ ਦਾ ਹੁੰਦਾ। ਸਾਰਿਆਂ ਨਾਲੋਂ ਪਹਿਲਾਂ ਕਲਚਰ ਨੂੰ ਡਿਫਾਈਨ ਕਰਨੀ, ਅਸੀਂ ਲੱਚਰਤਾ ਕਹਿੰਦੇ ਕਿਹਨੂੰ ਆ, ਲੱਚਰਤਾ ਕੀ ਹੁੰਦੀ ਆ? ਉਹਦੇ ਮਾਪਦੰਡ, ਜੇ ਕਿਸੇ ਕੁੜੀ ਨੇ ਕੱਪੜੇ ਪਾਏ ਨੇ ਤੇ ਉਹ ਸੱਭਿਅਕ ਹੋ ਗਈ, ਜੇ ਉਹਨੇ ਨਹੀਂ ਪਾਏ ਨੇ ਉਹ ਲੱਚਰ ਹੋ ਗਈ। ਬੇਸਿਕਲੀ ਆਪਾਂ ਇਹੀ ਚੀਜ਼ ਮੰਨਦੇ ਹਾਂ ਨਾ ਲੱਚਰਤਾ। ਸੋ ਲੱਚਰਤਾ ਨੂੰ ਪਹਿਲਾਂ ਜਿਹੜੀ ਹੈਗੀ ਆ ਉਹ ਪ੍ਰਭਾਸ਼ਿਤ ਕਰਨ ਦੀ ਲੋੜ ਆ। ਬਿਲਕੁਲ, ਅਸੀਂ ਰੌਲਾ ਤਾਂ ਪਾਉਣੇ ਪਰ ਸਾਨੂੰ ਸੱਚੀ ਮੁੱਚੀ ਨਹੀਂ ਪਤਾ ਵੀ ਲੱਚਰਤਾ ਕੀ ਹੁੰਦੀ ਆ। ਠੀਕ ਹੈ ਸਰ, ਤਾਂ ਸਰ ਇਹਦੇ ਮਾਪਦੰਡ ਕਿਵੇਂ ਮਿੱਥੇ ਜਾਣ? ਮਾਪਦੰਡ ਦੇਖੋ, ਇੱਕ ਚੀਜ਼ ਸਾਡੇ ਕੋਲ ਮੀਡੀਆ ਵਾਲਿਆਂ ਕੋਲੋਂ ਵੀ ਔਰ ਆਮ ਲੋਕਾਂ ਕੋਲ ਵੀ ਇੱਕ ਹੁੰਦਾ ਵੀ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ, ਪੱਛਮੀ ਸੱਭਿਆਚਾਰ ਤੋਂ ਅਸੀਂ ਮਾੜੀਆਂ ਚੀਜ਼ਾਂ ਕਿਉਂ ਸਿੱਖਦੇ, ਚੰਗੀਆਂ ਕਿਉਂ ਨਹੀਂ ਸਿੱਖਦੇ? ਬਿਲਕੁਲ, ਉਸ ਇਲਾਕੇ ਦੇ ਵਿੱਚ ਜੇ ਕੋਈ ਔਰਤ ਪ੍ਰੈਗਨੈਂਟ ਆ ਉਹ ਜਾ ਰਹੀ ਹੈ ਤਾਂ ਲੋਕ ਉਹਨੂੰ ਰਸਤਾ ਛੱਡਦੇ ਨੇ, ਉਹਨੂੰ ਸਨਮਾਨ ਨਾਲ ਦੇਖਦੇ ਨੇ ਵੀ ਇੱਕ ਬੱਚੇ ਨੂੰ ਜਨਮ ਦੇਣ ਜਾ ਰਹੀ ਹੈ, ਵੀ ਇਸ ਧਰਤੀ ਦੇ ਇੱਕ ਆਦਮੀ ਨੂੰ ਜਨਮ ਦੇਣ ਜਾ ਰਹੀ ਹੈ, ਹੈ ਨਾ, ਵਿਅਕਤੀ ਲੈ ਕੇ ਆ ਰਹੀ, ਉਹਨੂੰ ਪ੍ਰਾਊਡਲੀ ਦੇਖਦੇ ਨੇ। ਸਾਡੇ ਇੱਥੇ ਜੇ ਕੋਈ ਲੇਡੀ ਹੋਵੇ ਘਰ ਦੀ, ਵੀ ਉਹ ਪੇਟ 'ਤੇ ਚੁੰਨੀ ਰੱਖ ਕੇ ਤੁਰਦੀ ਆ, ਉਹਨਾਂ ਨੂੰ ਐਂ ਮਹਿਸੂਸ ਹੁੰਦਾ ਸ਼ਰਮ ਨਾਲ ਵੀ ਲੋਕ ਕਿਸ ਤਰੀਕੇ ਨਾਲ ਮੈਨੂੰ ਦੇਖ ਰਹੇ ਨੇ, ਉਹ ਸ਼ਰਮ ਨਾਲ ਉਹ ਲੰਘਦੀ ਆਪਣੇ ਕੋਲੋਂ ਦੀ, ਅਤੇ ਅਸੀਂ ਉਹ ਕਿਉਂ ਨਹੀਂ ਸਿੱਖਦੇ? ਅਤੇ ਸਰ ਤੁਸੀਂ ਇੰਨਾ ਬੇਖੌਫ ਲਿਖਦੇ ਹੋ, ਇੰਨਾ ਨਿੱਤੜਕ ਹੋ ਕੇ, ਕਦੇ ਕਿਸੇ ਤਰੀਕੇ ਦਾ ਪ੍ਰੈਸ਼ਰ ਕਿਸੇ ਕੰਪਨੀ ਵੱਲੋਂ ਜਾਂ ਕਿਸੇ ਗਾਇਕ ਵੱਲੋਂ? ਮੈਂ ਜੋ ਲਿਖੂੰਗਾ ਉਹਨੂੰ ਪ੍ਰਮਾਣਤਾ, ਪ੍ਰਮਾਣਿਤਤਾ ਉਹਨੂੰ ਉਸ ਅਦਾਰੇ ਦੇ ਮਾਲਕ ਨੇ ਕਰਨਾ। ਹਾਂਜੀ ਸਰ, ਵੀ ਇਹ ਚੀਜ਼ ਛਪਣੀ ਹੈ ਜਾਂ ਨਹੀਂ ਛਪਣੀ, ਉੱਥੇ ਤੁਸੀਂ ਤੁਹਾਡੀ ਇੱਕ ਤਰੀਕੇ ਨਾਲ ਜਿਹੜੀ ਕਲਮ ਹੁੰਦੀ ਆ ਉਹ ਉਸ ਮੁਤਾਬਕ ਲਿਖਦੀ ਜਿਸ ਤਰੀਕੇ ਨਾਲ ਮਾਲਕ ਚਾਹੁੰਦੇ ਨੇ, ਅਦਾਰੇ ਦਾ ਓਨਰ ਜਿਵੇਂ ਚਾਹੁੰਦਾ, ਤੁਸੀਂ ਉਦੋਂ ਖੁੱਲ੍ਹ ਕੇ ਨਹੀਂ ਲਿਖ ਸਕਦੇ। ਬਟ ਕੁਝ ਕੁ ਅਖਬਾਰ ਜਾਂ ਚੈਨਲ ਹੈਗੇ ਨੇ ਉਹ ਤੁਹਾਨੂੰ ਇਹ ਫਰੀਡਮ ਦਿੰਦੇ ਨੇ, ਤੁਸੀਂ ਤੱਥਾਂ ਨਾਲ ਹੇਰ ਫੇਰ ਕੀਤੇ ਬਿਨਾਂ ਤੁਸੀਂ ਅਸਲੀਅਤ ਆ ਜੋ ਲਿਖ ਸਕਦੇ ਹੋ। ਸੋ ਪੰਜਾਬ ਦੇ ਵਿੱਚ ਇਸ ਤਰੀਕੇ ਦੀ ਖੁੱਲ੍ਹ ਕੋਈ ਅਖਬਾਰ ਹਾਲ ਦੀ ਘੜੀ ਪੰਜਾਬੀ ਟ੍ਰਿਬਿਊਨ ਨੂੰ ਛੱਡ ਕੇ ਨਹੀਂ ਦਿੰਦਾ ਵੀ ਤੁਸੀਂ ਜੋ ਮਰਜ਼ੀ ਲਿਖ ਲਓ। ਮੈਂ ਬੜੀ ਵਾਰੀ ਕੋਸ਼ਿਸ਼ ਕੀਤੀ ਅਖਬਾਰਾਂ ਦੇ ਵਿੱਚ ਇੱਦਾਂ ਦੇ ਆਰਟੀਕਲ ਭੇਜੇ ਪਰ ਪੇਪਰ ਛਾਪਦੇ ਨੇ, ਕਿਉਂਕਿ ਉਹਦਾ ਸਿੱਧਾ ਸੰਬੰਧ ਮਾਰਕੀਟਿੰਗ ਨਾਲ ਹੁੰਦਾ, ਐਡਵਰਟੀਜ਼ਮੈਂਟ ਨਾਲ ਹੁੰਦਾ, ਨਹੀਂ ਛਾਪਦੇ। ਜੋ ਤੁਸੀਂ ਕਹਿੰਦੇ ਹੋ ਬੇਕ ਆਫ ਜਾਂ ਕਹਿੰਦੇ ਉਹ, ਉਹ ਮੈਂ ਸੋਸ਼ਲ ਮੀਡੀਆ 'ਤੇ ਲਿਖਣਾ ਸ਼ੁਰੂ ਕੀਤਾ ਸੀ। ਅਖਬਾਰਾਂ ਵਾਲੇ ਇਸ ਚੀਜ਼ ਨੂੰ ਨਹੀਂ ਮੰਨਦੇ, ਉਹ ਨਾ ਹੀ ਛਾਪਦੇ ਨੇ, ਖਾਸ ਤੌਰ 'ਤੇ ਫਿਲਮਾਂ ਦੇ ਰਿਵਿਊ ਜਿਹੜੇ ਹੁੰਦੇ ਨੇ, ਰਿਵਿਊ ਕੀ ਹੁੰਦੇ ਨੇ ਉਹ ਤੁਹਾਨੂੰ ਪਤਾ ਹੀ ਆ। ਪੇਪਰ ਛਾਪਦੇ ਨੇ ਕੋਈ ਚੈਨਲ ਨੇ ਜਿੱਥੇ ਐਡ ਚੱਲਦੀ ਆ, ਉਹ ਪੇਡ ਹੁੰਦੇ ਨੇ, ਨਹੀਂ ਛਾਪਦੇ। ਪਰ ਮੇਰਾ ਕੋਈ ਅਦਾਰਾ ਨਹੀਂ ਸੀਗਾ, ਮੇਰਾ ਕੋਈ, ਮੈਂ ਤਾਂ ਲਿਖਣਾ ਸੀ ਫਰੀਡਮ ਲਈ, ਮੈਂ ਜੋਬ ਕਰਦਾ ਸੀ, ਮੈਨੂੰ ਪੈਸੇ ਮਿਲਦੇ ਸੀ, ਮੇਰੇ 'ਤੇ ਕੋਈ ਬੰਦਿਸ਼ ਨਹੀਂ ਸੀ। ਫਿਰ ਮੈਂ ਜੋ ਦੇਖਦਾ ਸੀ ਮੈਂ ਉਹੀ ਲਿਖਦਾ ਸੀ। ਠੀਕ ਹੈ, ਲੋਕ ਮੇਰੇ 'ਤੇ ਸਵਾਲ ਵੱਡਾ ਉਠਾਉਂਦੇ ਸੀ ਵੀ ਇਹਨੂੰ ਫਿਲਮਾਂ ਬਾਰੇ ਨਹੀਂ ਪਤਾ, ਅਤੇ ਮੇਰਾ ਇੱਕੋ ਹੀ ਜਵਾਬ ਹੁੰਦਾ ਸੀ ਵੀ ਜਿਹਨੂੰ, ਜਿਹੜਾ ਬੰਦਾ ਇਹ ਕਹਿੰਦਾ, ਚਾਹੇ ਫਿਲਮ ਦਾ ਡਾਇਰੈਕਟਰ ਆ, ਚਾਹੇ ਉਹ ਐਕਟਰ ਆ, ਚਾਹੇ ਪ੍ਰੋਡਿਊਸਰ ਆ, ਮੇਰੇ ਨਾਲ ਟੇਬਲ 'ਤੇ ਬੈਠ ਕੇ ਡਿਸਕਸ਼ਨ ਕਰ ਲਏ ਫਿਲਮਾਂ ਬਾਰੇ, ਹਾਊ ਟੂ ਮੇਕ ਏ ਫਿਲਮ, ਵੀ ਤੁਸੀਂ ਜਵਾਬ ਦੇਣਾ। ਔਰ ਜੋ ਮੈਂ ਫਿਲਮ 'ਚ ਲਿਖਦਾ ਸੀ ਮੈਂ ਕਹਿੰਦਾ ਸੀ ਮੇਰੀ ਇੱਕ ਵੀ ਗੱਲ ਨੂੰ ਝਠਲਾ ਦਿਓ ਵੀ ਇਹ ਚੀਜ਼ ਮੈਂ ਗਲਤ ਲਿਖੀ ਔਰ ਫਿਲਮ 'ਚ ਨਹੀਂ ਹੈਗੀ। ਔਰ ਕੋਈ ਵੀ ਇਹੋ ਜਿਹੀ ਫਿਲਮ ਨਹੀਂ ਜਿਹਦੇ ਬਾਰੇ ਮੈਂ ਚੰਗਾ ਲਿਖਿਆ ਹੋਵੇ ਅਤੇ ਫਿਲਮ ਫਲੋਪ ਹੋ ਗਈ ਹੋਵੇ, ਅਤੇ ਕੋਈ ਵੀ ਫਿਲਮ ਇਹੋ ਜਿਹੀ ਨਹੀਂ ਜਿਹਦੇ ਬਾਰੇ ਮੈਂ ਮਾੜਾ ਲਿਖਿਆ, ਮਾੜਾ ਇਨ ਦਾ ਸੈਂਸ ਵੀ ਹਕੀਕਤ ਲਿਖੀ ਹੋਵੇ ਅਤੇ ਫਿਲਮ ਬਹੁਤ ਵੱਡੀ ਹਿੱਟ ਹੋਵੇ, ਇਸ ਤਰੀਕੇ ਨਾਲ ਕਦੇ ਵੀ ਨਹੀਂ ਹੋਇਆ। ਪ੍ਰੋਬਲਮ ਬਹੁਤ ਆਉਂਦੀਆਂ ਨੇ, ਲੋਕ ਬਹੁਤ, ਜਿਹਦਾ ਪੈਸਾ ਲੱਗਿਆ 2-2.5 ਕਰੋੜ ਰੁਪਏ ਲੱਗਿਆ, ਨੈਚੁਰਲੀ ਤੁਸੀਂ ਉਹਦੇ ਬਾਰੇ ਮਾੜਾ ਲਿਖੋਗੇ, ਸੱਚ ਲਿਖੋਗੇ ਤਾਂ ਉਹ ਭੜਕੂਗਾ ਹੀ, ਪਰ ਹੌਲੀ ਹੌਲੀ ਜਦੋਂ ਕਲੈਕਸ਼ਨ ਆਉਂਦੀ ਆ ਉਹਨੂੰ ਪਤਾ ਲੱਗ ਜਾਂਦਾ ਵੀ ਹਾਂ ਜੋ ਲਿਖਿਆ ਗਿਆ ਠੀਕ ਲਿਖਿਆ ਗਿਆ, ਠੀਕ ਲਿਖਿਆ, ਉਹ ਹੌਲੀ ਹੌਲੀ ਉਸ ਚੀਜ਼ ਦਾ ਮੁਲਾਂਕਣ ਕਰਦਾ ਵੀ ਨਹੀਂ ਠੀਕ ਲਿਖਿਆ ਗਿਆ, ਮੇਰੀ ਫਿਲਮ ਸੱਚੀਮੁੱਚ ਇੱਦਾਂ ਦੀ ਬਣੀ ਸੀ। ਅਤੇ ਸਰ ਕਦੇ ਐਂ ਹੋਇਆ ਤੁਸੀਂ ਕੁਛ ਆਰਟੀਕਲ ਲਿਖ ਕੇ ਦਿੱਤਾ ਹੋਵੇ ਅਤੇ ਉਹ ਬਦਲ ਦਿੱਤਾ ਗਿਆ ਹੋਵੇ ਤਾਂ ਅੰਦਰ ਦਾ ਲਿਖਾਰੀ ਕਿਤੇ ਨਾ ਕਿਤੇ ਮਰਦਾ? ਨਹੀਂ, ਅਖਬਾਰਾਂ ਦੇ ਵਿੱਚ ਕਈ ਵਾਰੀ ਆਉਂਦਾ। ਹਾਂਜੀ, ਅਖਬਾਰਾਂ 'ਚ ਜੇ ਤੁਸੀਂ ਲਿਖਦੇ ਹੋ, ਔਰ ਵੱਡੀ ਗੱਲ ਇਹ ਵੀ ਰਾਈਟਰ ਦੀ ਤੁਸੀਂ ਇੱਕ ਵੀ ਲਾਈਨ ਕੱਟ ਦਿਉ ਨਾ ਉਹਨੂੰ ਦੁੱਖ ਤਾਂ ਹੁੰਦਾ ਹੀ ਆ, ਪਰ ਕਈ ਵਾਰੀ ਹੁੰਦਾ ਵੀ, ਬਹੁਤ ਵਾਰੀ ਇੱਦਾਂ ਦਾ ਵੀ ਅਖਬਾਰਾਂ ਦੇ ਵਿੱਚ ਅਦਾਰਿਆਂ ਦੇ ਵਿੱਚ ਨਵੇਂ ਸਬ ਐਡੀਟਰ ਜਾਂ ਟ੍ਰੇਨਿੰਗ ਨੂੰ ਲਾ ਦਿੰਦੇ ਨੇ, ਜਾਂ ਕੋਈ ਪੋਲੀਟੀਕਲੀ ਬੀਟ ਦੇਖ ਰਿਹਾ ਉਹਨੂੰ ਕਹਿੰਦਾ ਵੀ ਯਾਰ ਅੱਜ ਤੂੰ ਪੇਜ ਬਣਾ ਦੇ, ਉਹ ਫਿਰ ਜਦੋਂ ਜੜ ਵੱਢ
ਮੈਨੂੰ ਯਾਦ ਹੈ ਇੱਕ ਵਾਰੀ ਮੈਂ ਕੋਈ ਆਰਟੀਕਲ ਲਿਖਿਆ ਅਤੇ ਮੈਂ ਉਹਦੇ 'ਚ ਲਿਖਿਆ ਸੀ ਵੀ ਫਲਾਣੇ ਦੇ ਫੌਤ ਹੋ ਜਾਣ ਤੋਂ ਬਾਅਦ ਉਹ ਕੁੜੀ ਹੁੰਦੀ ਸੀ ਉੱਥੇ, ਮੈਨੂੰ ਯਾਦ ਆ, ਮੈਂ ਅਖਬਾਰ ਦਾ ਨਾਂ ਨਹੀਂ ਲਊ, ਮੈਨੂੰ ਫੋਨ ਆਇਆ ਕਹਿੰਦੀ ਤੁਹਾਨੂੰ ਪੰਜਾਬੀ ਨਹੀਂ ਲਿਖਣੀ ਆਉਂਦੀ, ਤੁਸੀਂ ਮੌਤ ਨੂੰ ਫੌਤ ਲਿਖੀ ਜਾਂਦੇ ਹੋ। ਉਹਨੇ ਆਪ ਜਿਹੜੇ ਪ੍ਰਾਊਡਲੀ ਕੀਤਾ ਵੀ ਮੈਨੂੰ ਬਹੁਤ ਕੁਝ ਪਤਾ, ਇਹ ਬੰਦੇ ਨੂੰ ਪਤਾ ਨਹੀਂ, ਕਹਿੰਦੀ ਤੁਹਾਨੂੰ ਪੰਜਾਬੀ ਨਹੀਂ ਲਿਖਣੀ ਆਉਂਦੀ, ਤੁਸੀਂ ਮੌਤ ਨੂੰ ਫੌਤ ਕਿਵੇਂ ਲਿਖਤਾ, ਤੁਹਾਨੂੰ ਫੱਫੇ ਦੇ ਮੰਮੇ 'ਚ ਫਰਕ ਨਹੀਂ ਪਤਾ। ਮੈਂ ਕਿਹਾ ਜੀ ਮੈਨੂੰ ਨਹੀਂ ਪਤਾ, ਸੋਰੀ ਆ, ਮੈਂ ਅੱਗੇ ਤੋਂ ਠੀਕ ਕਰਕੇ ਭੇਜੂ। ਮੈਂ ਉਹਦਾ ਨਾਲ ਬਹਿਸਣਾ ਠੀਕ ਨਹੀਂ ਸਮਝਿਆ, ਪਰ ਹੁਣ ਤੱਕ ਉਹਨੂੰ ਸ਼ਾਇਦ ਪਤਾ ਲੱਗ ਗਿਆ ਹੋਊਗਾ ਮੌਤ ਦੇ ਫੌਤ ਕੀ ਹੁੰਦੇ ਨੇ। ਸੋ ਇੱਦਾਂ ਦਾ ਬੜੀ ਵਾਰੀ ਹੋਇਆ। ਠੀਕ ਹੈ ਸਰ। ਅਤੇ ਸਰ, ਪੰਜਾਬੀ ਸਿੰਗਰਸ 'ਤੇ ਜੀ ਇਲਜ਼ਾਮ ਲੱਗ ਰਹੇ ਨੇ ਕਿ ਉਹ ਆਟੋ ਟਿਊਨ ਕਰਕੇ ਗਾ ਰਹੇ ਨੇ, ਉਹ ਰਿਆਜ਼ ਨਹੀਂ ਕਰਦੇ, ਸਿੰਗਰ ਐਕਟਰ ਬਣ ਰਹੇ ਆ, ਤੁਹਾਡੀ ਇਸ 'ਤੇ ਕੀ ਟਿੱਪਣੀ ਹੈ? ਦੇਖੋ, ਮੇਰੀ ਆਟੋ ਟਿਊਨ ਕਰਕੇ ਗਾ ਰਹੇ ਨੇ, ਟੈਕਨੋਲੋਜੀ ਆ, ਆਪਾਂ ਬੈਠੇ ਇੰਟਰਵਿਊ ਕਰ ਰਹੇ ਹਾਂ, ਲਾਈਟਾਂ ਹੈਗੀਆਂ, ਆਪਾਂ ਲਾਈਟਾਂ ਲਾ ਲਈਆਂ, ਨਾ ਲਾਈਟਾਂ ਹੁੰਦੀਆਂ, ਆਪਾਂ ਧੁੱਪ 'ਚ ਕਰ ਲੈਣੀ, ਸਨਲਾਈਟ 'ਤੇ ਕਰ ਲੈਣੀ ਸੀ ਇੰਟਰਵਿਊ, ਟੈਕਨੋਲੋਜੀ ਦਾ ਫਾਇਦਾ ਉਠਾ ਰਹੇ ਹਾਂ, ਪੜਦਾ ਲਾ ਦਾ, ਕਰੋਮਾ ਕੱਟ ਲੈਂਦੇ ਆਪਾਂ, ਹੈ ਨਾ, ਯੂਜ਼ ਕਰ ਰਹੇ ਹਾਂ, ਉਹ ਵੀ ਗਾਇਕੀ ਆ। ਜੇ ਕੋਈ ਆਟੋ ਟਿਊਨ 'ਤੇ ਗਾ ਰਿਹਾ, ਉਹਨੂੰ ਪਤਾ ਉਹ ਸਟੂਡੀਓ 'ਚ ਗਾ ਰਿਹਾ, ਆਟੋ ਟਿਊਨ ਲਾਈਵ ਤਾਂ ਚੱਲਣੀ ਨਹੀਂ, ਆਟੋ ਟਿਊਨ ਲਾ ਕੇ ਗਾ ਰਿਹਾ ਤਾਂ ਮਤਲਬ ਉਹ ਆਪਣੇ ਅੰਦਰਲੇ ਕਲਾਕਾਰ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ, ਵੀ ਉਹ ਲੋਕਾਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਵੀ ਮੈਂ ਗਾਇਕ ਹਾਂ, ਸਟੂਡੀਓ ਗਾਇਕ ਹਾਂ। ਪਰ ਜਦੋਂ ਗਾਇਕ ਨਿਕਲ ਕੇ ਲਾਈਵ ਸ਼ੋਅ 'ਤੇ ਆਊਗਾ, ਉੱਥੇ ਤਾਂ ਆਟੋ ਟਿਊਨ ਨਹੀਂ ਕੰਮ ਆਉਣੀ। ਠੀਕ ਹੈ ਸਰ। ਅਤੇ ਸਰ, ਹੁਣ ਜਿਹੜੀ ਆਪਣੀ ਪੰਜਾਬੀ ਇੰਡਸਟਰੀ ਹੈ ਜੀ, ਇਹ ਗਰੋ ਕਰ ਰਹੀ ਹੈ, ਇਹਦੀ ਪਿਛਲੇ ਸਾਲ ਜਿਹੜੀ ਧਮਕ ਹੈ ਉਹ ਹਾਲੀਵੁੱਡ ਤੱਕ ਸੁਣੀ ਹੈ, ਅਤੇ ਹੁਣ ਤੁਸੀਂ ਕੀ ਸਮਝਦੇ ਹੋ ਕਿ ਹੁਣ ਐਕਟਿੰਗ ਦਾ ਮਿਆਰ ਬਿਹਤਰ ਹੋਊਗਾ, ਥੀਏਟਰ ਆਰਟਿਸਟ ਆਉਣਗੇ ਆਪਣੀ ਇੰਡਸਟਰੀ 'ਚ? ਦੇਖੋ, ਜਿਹੜੀ ਪੰਜਾਬੀ ਇੰਡਸਟਰੀ ਆ, ਪਹਿਲੀ ਗੱਲ ਤਾਂ ਹਾਲੇ ਹਾਲੀਵੁੱਡ ਤੱਕ ਨਹੀਂ ਪਹੁੰਚੀ, ਦੂਜੀ ਗੱਲ ਇਹ ਅਨਔਰਗਨਾਈਜ਼ ਇੰਡਸਟਰੀ ਆ, ਹਜੇ ਇਹਨੂੰ ਇੰਡਸਟਰੀ ਆਪਾਂ ਨਹੀਂ ਕਿਹਾ ਜਾ ਸਕਦਾ, ਬਹੁਤ ਸਾਰੀਆਂ ਚੀਜ਼ਾਂ ਲਈ ਸਾਨੂੰ ਬੰਬੇ ਭੱਜਣਾ ਪੈਂਦਾ। ਹਾਂਜੀ ਸਰ। ਚਾਹੇ ਉਹ ਟੈਕਨੀਕਲੀ ਤੌਰ 'ਤੇ ਆ, ਚਾਹੇ ਸਾਡੇ ਕੋਲ ਆਪਣੇ ਕੈਮਰਾਮੈਨ ਨਹੀਂ ਹੈਗੇ, ਸਾਨੂੰ ਬੰਬੇ ਜਾਣਾ ਪੈਂਦਾ, ਸਾਨੂੰ ਡੀਟਿੰਗ ਲਈ ਉੱਥੇ ਜਾਣਾ ਪੈਂਦਾ, ਸਾਨੂੰ ਟੈਕਨੀਕਲ ਜੋ ਵੀ ਕੰਮ ਹੁੰਦਾ ਸਾਨੂੰ ਬੰਬੇ ਹੀ ਭੱਜਣਾ ਪੈਂਦਾ, ਸਾਡੇ ਕੋਲ ਪੰਜਾਬ 'ਚ ਹਜੇ ਉਹ ਸਾਧਨ ਹਜੇ ਇਕੱਠੇ ਨਹੀਂ ਹੋਏ। ਸੋ ਇਹ ਆ, ਪਰ ਇਹ ਹੈਗਾ ਵੀ ਪੰਜਾਬੀ ਇੰਡਸਟਰੀ ਦੇ ਵਿੱਚ ਹੌਲੀ 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 ਬਦਲਾਅ ਆਉਣਾ ਸ਼ੁਰੂ ਹੋ ਗਿਆ, ਚਾਹੇ ਉਹ ਵਿਸ਼ਾ ਪੱਖ ਤੋਂ ਆ, ਚਾਹੇ ਉਹ ਤਕਨੀਕ ਦੇ ਪੱਖ ਤੋਂ ਆ। ਖੇਤਰੀ ਸਿਨੇਮਾ ਬੇਸਿਕਲੀ ਕੀ ਹੁੰਦਾ, ਜਿਹਨੂੰ ਆਪਾਂ ਰੀਜਨਲ ਸਿਨੇਮਾ ਕਹਿੰਦੇ ਹਾਂ, ਉਹ ਰੀਜਨਲ ਸਿਨੇਮਾ ਇੱਕ ਤੁਹਾਡੀਆਂ ਸਮੱਸਿਆਵਾਂ, ਤੁਹਾਡੀਆਂ ਲੋੜਾਂ, ਤੁਹਾਡੀਆਂ ਹੀ ਗੱਲਾਂ ਕਰਦਾ, ਉਹਨੂੰ ਰੀਜਨਲ ਸਿਨੇਮਾ ਕਹਿੰਦੇ ਨੇ, ਅਤੇ ਓਰੀਜਨਲ ਸਿਨੇਮੇ 'ਚ ਬਹੁਤ ਤਾਕਤ ਹੁੰਦੀ ਆ। ਸਾਡੇ ਲੋਕ ਜਿਹੜੀਆਂ ਫਿਲਮਾਂ ਪੰਜਾਬੀ 'ਚ ਬਣੀਆਂ ਨੇ, ਮੋਸਟਲੀ ਉਹ ਬਾਲੀਵੁੱਡ ਦੀਆਂ ਫਿਲਮਾਂ ਤੋਂ ਪ੍ਰਭਾਵਿਤ ਹੁੰਦੀਆਂ ਨੇ ਜਾਂ ਹਾਲੀਵੁੱਡ ਦੀਆਂ ਫਿਲਮਾਂ 'ਚ, ਮਤਲਬ ਕਿ ਉਹਨਾਂ ਦਾ ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀਆਂ ਦਾ ਖਾਕਾ ਜਿਹੜਾ ਉਹ ਪੇਸ਼ ਨਹੀਂ ਹੋ ਰਿਹਾ ਸੀ, ਬਟ ਹੁਣ ਹੌਲੀ 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 ਇਹ ਰੁਝਾਨ ਮੁੜ ਕੇ ਵਾਪਸ ਆਉਣ ਲੱਗਿਆ, ਪੰਜਾਬੀ ਫਿਲਮਾਂ ਦੇ ਵਿੱਚ ਪੰਜਾਬੀਆਂ ਦਾ ਖਾਕਾ ਪੇਸ਼ ਹੋਣ ਲੱਗਿਆ, ਅਤੇ ਲੋਕ ਪੰਜਾਬੀ ਫਿਲਮਾਂ ਨੂੰ ਪਸੰਦ ਕਰਨ ਲੱਗ ਗਏ। ਖਾਸ ਤੌਰ 'ਤੇ ਜਿਹੜਾ ਸ਼ਹਿਰੀ ਵਰਗ ਆ, ਉਹ ਪੰਜਾਬੀ ਫਿਲਮਾਂ ਨਾਲ ਟੁੱਟ ਚੁੱਕਿਆ ਸੀ, ਹੁਣ ਉਹ ਵਾਪਸ ਜੁੜਨ ਲੱਗ ਗਿਆ। ਉਹਨਾਂ ਨਾਲ ਕੀ ਹੈ, ਫਿਲਮਾਂ ਨੂੰ ਸਕਰੀਨਾਂ ਮਿਲਣ ਲੱਗ ਗਈਆਂ, ਸਕਰੀਨਾਂ ਮਿਲਣ ਲੱਗ ਗਈਆਂ, ਅਤੇ ਲੋਕ ਆਡੀਅੰਸ ਮਿਲਣ ਲੱਗ ਗਈ ਆ, ਅਤੇ ਆਸ ਆ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਜਾਂ ਆਉਣ ਵਾਲੇ ਸਾਲਾਂ 'ਚ ਪੰਜਾਬੀ ਫਿਲਮਾਂ ਵਿੱਤੀ ਪੱਖ ਤੋਂ ਵੀ ਅਮੀਰ ਹੋਣਗੀਆਂ। ਹਾਲ ਦੀ ਘੜੀ ਜਿਹੜਾ ਫਿਲਮਾਂ ਦਾ ਬਜਟ ਆ, ਬਹੁਤ ਸਾਰੀਆਂ ਫਿਲਮਾਂ ਦਾ ਪੂਰਾ ਨਹੀਂ ਹੁੰਦਾ, ਸਾਲ 'ਚ 40 ਫਿਲਮਾਂ ਬਣਦੀਆਂ ਨੇ, ਚੱਲਦੀਆਂ 2-3 ਨਹੀਂ ਨੇ ਉਹਦੇ ਵਿੱਚੋਂ। ਸੋ ਹਾਲੇ ਹੌਲੀ ਹੌਲੀ ਟਾਈਮ ਲੱਗੂਗਾ। ਆਪਣੇ ਕੋਲ ਇੱਕੋ ਹੀ ਜਵਾਬ ਹੁੰਦਾ ਜੀ, ਹਜੇ ਪੰਜਾਬੀ ਸਿਨੇਮਾ ਸ਼ੁਰੂ ਹੋਇਆ, ਪੰਜਾਬੀ ਸਿਨੇਮੇ ਦੀ ਉਮਰ ਵੀ 100 ਸਾਲ ਦੀ ਬੱਚਾ ਨਹੀਂ ਹੈਗਾ। ਅਤੇ ਸਰ, ਜਿਹੜੇ ਸਾਡੇ ਥੀਏਟਰ ਦੇ ਐਕਟਰਸ ਨੇ, ਉਹ ਕਿਉਂ ਨਹੀਂ ਆ ਪਾ ਰਹੇ ਇੰਡਸਟਰੀ 'ਚ, ਉਹਦਾ ਕੀ ਕਾਰਨ? ਥੀਏਟਰ ਵਾਲਿਆਂ ਨੂੰ ਮੈਂ ਨਿਕੰਮੇ ਮੰਨਦਾ ਬਹੁਤ ਗੱਲਾਂ ਦੇ ਵਿੱਚੋਂ। ਉਹ ਐਕਟਰ ਕਮਾਲ ਦੇ ਹੁੰਦੇ ਨੇ, ਹਾਂਜੀ ਸਰ, ਉਹਨਾਂ 'ਚ 41 ਵਾਰ ਹੁੰਦਾ, ਔਰ ਐਕਟਰ ਜਿਹੜਾ ਲਾਈਵ ਥੀਏਟਰ ਵਾਲੇ ਲਾਈਵ ਸ਼ੋਅ ਕਰਦੇ ਨੇ, ਉੱਥੇ ਤੁਹਾਡੇ ਕੋਲ ਰੀਟੇਕ ਨਹੀਂ ਹੁੰਦਾ, ਗਲਤੀ ਦੇ ਕੋਈ ਉਹ ਨਹੀਂ ਹੁੰਦਾ, ਜਿਹੜੀ ਗਲਤੀ ਹੋ ਗਈ ਉਹ ਸੁਧਾਰੀ ਨਹੀਂ ਜਾ ਸਕਦੀ। ਬਟ ਉਹ ਵਿਚਾਰੇ ਇਸ ਦੁਨੀਆ ਤੋਂ ਦੂਰ ਹੁੰਦੇ ਨੇ, ਉਹਨਾਂ ਨੂੰ ਪਤਾ ਨਹੀਂ। ਹੁਣ ਡਾਇਰੈਕਟਰੀ ਬਣਾ ਰਹੇ ਆਪਾਂ, ਮੈਂ ਬਹੁਤ ਸਾਰੇ ਅਸੀਂ ਆਰਟਿਸਟਾਂ ਨੂੰ ਕਿਹਾ ਥੀਏਟਰ ਵਾਲਿਆਂ ਨੂੰ ਫੋਟੋਆਂ ਭੇਜੋ, ਤੁਹਾਡੀ ਛਾਪੀ ਹੈ ਨਾ, ਪਤਾ ਲੱਗੇ ਲੋਕਾਂ ਨੂੰ। ਉਹਨਾਂ ਨੂੰ ਫੋਟੋ ਦੀ ਅਹਿਮੀਅਤ ਨਹੀਂ ਪਤਾ ਵੀ ਤਸਵੀਰ ਕੀ ਹੁੰਦੀ ਆ, ਔਰ ਇੱਥੋਂ ਸ਼ੁਰੂਆਤ ਹੀ ਫੋਟੋ ਤੋਂ ਹੁੰਦੀ ਹੈ। ਮੈਂ ਜਦ ਤੱਕ ਤੁਹਾਨੂੰ ਦੇਖਿਆ ਨਹੀਂ ਹੋਊਗਾ, ਤੁਹਾਡੇ ਨਾਲ ਫੋਨ 'ਤੇ ਗੱਲ ਕਰ ਰਿਹਾ ਚੱਲੂਗਾ, ਬਟ ਮੈਂ ਤੁਹਾਡੀ ਫੋਟੋ ਦੇਖੀ ਹੋਊਗੀ, ਮੈਂ ਇਮੈਜਨ ਦੇ ਨਾਲ ਉਸ ਤਰੀਕੇ ਨਾਲ ਤੁਹਾਡੇ ਨਾਲ ਗੱਲ ਕਰੂੰਗਾ, ਹੈ ਨਾ। ਅਤੇ ਫੋਟੋਗ੍ਰਾਫ ਨਹੀਂ ਹੁੰਦੀ ਉਹਨਾਂ ਕੋਲ, ਇਹਨਾਂ ਨੂੰ ਪਤਾ ਨਹੀਂ ਕਿੱਥੇ ਅਪਰੋਚ ਕਰਨੀ ਆ। ਉਹ ਇੱਕ ਕਾਮਰੇਡਾ ਟਾਈਪ ਉਹਨਾਂ ਦੇ ਵਿੱਚ ਭਰਿਆ ਹੁੰਦਾ, ਕ੍ਰਾਂਤੀਕਾਰੀ ਟਾਈਪ, ਸਾਰੀ ਉਮਰ ਉਸ 'ਤੇ। ਜਿਹੜੇ ਸਿਆਣੇ ਨੇ, ਹਰੀਸ਼ ਵਰਮਾ ਕਿੱਥੋਂ ਆਇਆ, ਥੀਏਟਰ ਦੀ ਪਦਾਇਸ਼ੀ ਆ, ਵਧੀਆ ਐਕਟਰ ਆ, ਉਹ ਸਮੇਂ ਸਿਰ ਸੰਭਲ ਗਿਆ, ਉਹਨੇ ਬੰਬੇ ਦਾ ਰੰਗ ਢੰਗ ਦੇਖ ਲਿਆ, ਪਾਣੀ ਪੀਤਾ ਉੱਥੋਂ ਦਾ, ਸੰਭਲ ਗਿਆ। ਹੋਰ ਬੜੇ ਐਕਟਰ ਥੀਏਟਰ ਤੋਂ ਆਏ ਨੇ, ਆਹ ਹੁਣ ਜਗਜੀਤ ਸੰਧੂ ਆ, ਧੀਰਜ ਕੁਮਾਰ ਆ, ਇੱਦਾਂ ਦੇ ਬੜੇ ਐਕਟਰ ਨੇ ਜਿਹੜੇ ਥੀਏਟਰ ਤੋਂ ਆਏ ਨੇ, ਬਟ ਉਹਨਾਂ ਨੇ ਸਮੇਂ ਦੇ ਮੁਤਾਬਕ ਆਪਣੇ ਆਪ ਨੂੰ ਅਪਡੇਟ ਕੀਤਾ। ਅਤੇ ਸਰ, ਜਿਹੜੀਆਂ ਆਡੀਸ਼ਨਸ ਹੋ ਰਹੇ ਨੇ ਅੱਜ ਸਾਡੀ ਇੰਡਸਟਰੀ 'ਚ, ਕੀ ਜਿਹੜਾ ਕੰਮ ਮਿਲ ਰਿਹਾ ਬੱਚਿਆਂ ਨੂੰ ਆਡੀਸ਼ਨਸ ਦੇ ਬੇਸ 'ਤੇ ਮਿਲ ਰਿਹਾ ਜਾਂ ਕਿਸੇ ਹੋਰ ਤਰੀਕੇ ਨਾਲ? ਦੇਖੋ,
ਆਡੀਸ਼ਨਸ ਹੁੰਦੇ ਨੇ ਉਹਦੇ 'ਚ ਕੰਮ ਮਿਲਦਾ ਵੀ ਹੈ ਅਤੇ ਨਹੀਂ ਵੀ ਮਿਲਦਾ, ਕਿਉਂਕਿ ਇੱਕ ਫਿਲਮ ਆ, ਹਾਂਜੀ ਸਰ, ਫਿਲਮ ਦੇ ਵਿੱਚ ਵੱਡੀ ਕਾਸਟ ਹੁੰਦੀ ਹੀਰੋ ਹੀਰੋਇਨ, ਹੀਰੋ ਹੀਰੋਇਨ ਕਾਸਟਿੰਗ 'ਚੋਂ ਨਹੀਂ ਨਿਕਲਦੇ, ਡਿਸਾਈਡ ਹੁੰਦੇ ਜਦੋਂ ਸਕ੍ਰਿਪਟ ਲਿਖੀ ਜਾਂਦੀ ਹੁੰਦੀ, ਪਹਿਲਾਂ ਪ੍ਰੋਡਿਊਸਰਾਂ ਦਾ ਸਕ੍ਰਿਪਟ ਲਿਖੀ ਜਾ ਰਹੀ ਹੁੰਦੀ ਆ, ਉਦੋਂ ਪਤਾ ਹੁੰਦਾ ਵੀ ਅਸੀਂ ਫਲਾਣਾ ਹੀਰੋ ਲੈਣਾ ਜਾਂ ਫਲਾਣੀ ਹੀਰੋਇਨ ਲੈਣੀ ਆ, ਹੀਰੋ ਹੀਰੋਇਨ, ਉਦੋਂ ਬਾਅਦ ਆ ਗਏ ਹੀਰੋਇਨ ਦੀ ਫੈਮਿਲੀ, ਹੀਰੋ ਦੀ ਫੈਮਿਲੀ, ਮਤਲਬ ਕਿ ਮੰਮੀ ਪਾਪਾ ਚਾਚੇ ਤਾਏ, ਉਹ ਸੀਨੀਅਰ ਆਰਟਿਸਟ ਜਿੰਨੇ ਹੈਗੇ ਨੇ ਇੱਥੇ, ਡਿਸਾਈਡ ਹੁੰਦਾ ਵੀ ਆਹ ਫਿਲਮ 'ਚ ਮਲਕੀਤ ਰਾਣੀ ਚਾਚਾ ਬਣੂਗਾ ਜੀ, ਜਾਂ ਸਰਦਾਰ ਸੋਈ ਕੰਮ ਕਰੂਗਾ, ਜਾਂ ਸ਼ਵਿੰਦਰ ਮਾਲ ਕੰਮ ਕਰੂਗਾ, ਇਹ ਡਿਸਾਈਡ ਹੁੰਦਾ, ਇਹ ਆਡੀਸ਼ਨ ਥੋੜ੍ਹਾ ਨਿਕਲਦੇ ਨੇ। ਕਮੇਡੀਅਨ ਲੈਣੇ ਨੂੰ ਪਤਾ ਹੁੰਦਾ ਵੀ ਇਹ 'ਚ ਭੱਲਾ ਕੰਮ ਕਰੂਗਾ, ਇਹਦੇ 'ਚ ਉਹ ਕਰੂਗਾ, ਗਿਣੇ ਚੁਣੇ ਐਕਟਰ ਨੇ। ਆਡੀਸ਼ਨ 'ਚ ਵਿੱਚੋਂ ਜਿਹੜੇ ਨਿਕਲਦੇ ਨੇ, ਇੱਕ ਤਰੀਕੇ ਦਾ ਕਰਾਊਡ ਨਿਕਲਦਾ, ਜਾਂ ਛੋਟੇ ਛੋਟੇ ਕਰੈਕਟਰ ਨਿਕਲਦੇ ਵੀ ਫਿਲਮ 'ਚ ਹੀਰੋ ਹੀਰੋਣਾ, ਕਾਲਜ 'ਚ ਪੜ੍ਹਦੀ ਉਹਦੇ ਨਾਲ ਚਾਰ ਕੁੜੀਆਂ ਨੇ, ਦੋ ਤਾਂ ਚਲੋ ਲਿਆਜਣਾ ਹੁੰਦੀਆਂ ਵੀ ਉਹ ਫਲਾਣੇ ਦੀ ਯਾਰ ਉਹਨੂੰ ਪਾ ਲਓ, ਹੈ ਨਾ, ਫਲਾਣੇ ਦਾ ਫੋਨ ਆ ਗਿਆ, ਰਿਸ਼ਤੇਦਾਰ ਉਹਨੂੰ ਪਾ ਲਓ, ਜਿਹੜੀ ਦੋ ਕੁੜੀਆਂ ਹੁੰਦੀਆਂ ਨੇ ਨਾਲ ਹੋਰ, ਉਹ ਕਈ ਵਾਰੀ ਆਡੀਸ਼ਨ 'ਚੋਂ ਲੈ ਜਾਂਦੇ ਵੀ ਆਡੀਸ਼ਨ ਲਿਆ, ਚਲੋ ਇਹਨਾਂ ਨੂੰ ਲਿਆਜ ਨਾਲ ਰੱਖ ਲਓ, ਆਡੀਸ਼ਨ 'ਚ ਇੰਨੇ ਕੁ ਨਿਕਲਦੇ ਨੇ ਨਵਾਂ, ਕਿਉਂਕਿ ਇੱਥੇ ਕਰਾਫਟ ਨਹੀਂ ਹੋ ਰਿਹਾ, ਜੋ ਕੁਝ ਹੋ ਰਿਹਾ ਰਿਪੀਟ ਹੋ ਰਿਹਾ। ਬੰਬੇ ਦੇ ਵਿੱਚ ਜਿਹੜੇ ਆਡੀਸ਼ਨ ਹੁੰਦੇ ਨੇ ਉੱਥੇ ਨਵੇਂ ਚਿਹਰੇ ਲਾਂਚ ਹੁੰਦੇ ਨੇ ਹਰ ਸਾਲ, ਕਿੰਨੇ ਚਿਹਰੇ ਆਡੀਸ਼ਨਾਂ 'ਚੋਂ ਨਿਕਲ ਕੇ ਸਾਹਮਣੇ ਆਉਂਦੇ ਨੇ, ਪੰਜਾਬੀ 'ਚ ਹਲੇ ਇਹ ਨਹੀਂ, ਕਿਉਂਕਿ ਹੀਰੋ ਆ ਜਿਹੜਾ ਪ੍ਰੋਡਿਊਸਰ ਪੈਸੇ ਲਾਊਗਾ, ਜਾਂ ਤਾਂ ਲਾਊਗਾ ਸਿੰਗਰ 'ਤੇ, ਨਵਾਂ ਹੀਰੋ ਲਾਂਚ ਕਰਨਾ ਨਾ, ਜਾਂ ਉਹਦੇ ਚਾਚੇ ਦਾ ਮੁੰਡਾ ਹੋਊ, ਜਾਂ ਆਪਦਾ ਮੁੰਡਾ ਹੋਊਗਾ, ਜਾਂ ਰਿਸ਼ਤੇਦਾਰ ਦਾ ਮੁੰਡਾ ਹੋਊਗਾ। ਕੁੜੀਆਂ ਜਿਹੜੀਆਂ ਹੈਗੀਆਂ ਪੰਜਾਬੀ 'ਚ 5-7 ਐਕਟਰਸ ਚੱਲਦੀਆਂ ਪਈਆਂ ਨੇ, ਜਾਂ ਤਾਂ ਉਹਨਾਂ ਦੇ ਪੈਸੇ ਲਾਉਣਗੇ, ਹੋਰ ਕੁੜੀ ਚੱਕਣੀਆਂ 'ਚ ਗਾਣੇ ਵਾਲੀ ਚੱਕਣਗੇ, ਜਾਂ ਸਾਊਥ 'ਚ ਲਿਆਉਣਗੇ, ਜਾਂ ਟੈਲੀਵਿਜ਼ਨ ਵਾਲੀ ਲਾਉਣਗੇ, ਆਡੀਸ਼ਨ 'ਚ ਕੋਈ ਕੁੜੀ ਨਹੀਂ ਬਾਹਰ ਆਉਂਦੀ। ਅਤੇ ਸਰ, ਤੁਸੀਂ ਆਪਦੇ ਪਰਸਨਲ ਕਿਹਨਾਂ ਨੂੰ ਪੜ੍ਹਨਾ ਪਸੰਦ ਕਰਦੇ ਹੋ ਅਤੇ ਕਿਹਨਾਂ ਨੂੰ ਸੁਣਨਾ ਪਸੰਦ ਕਰਦੇ ਹੋ? ਸੁਣਦਾ ਮੈਂ 4-5 ਗਾਇਕੀ ਹਾਂ, ਜ਼ਿਆਦਾ ਨਹੀਂ ਸੁਣਦਾ ਮੈਂ। ਦੇਬੀ ਮਖਸੂਸਪੁਰੀ ਦੀ ਸਾਰੀ ਸ਼ਾਇਰੀ ਸੁਣੀ, ਮੈਂ ਵਾਰਸ ਹਰਾਂ ਨੂੰ, ਵਾਰਸ ਭਰਾਵਾਂ ਨੂੰ ਬੜਾ ਸੁਣਦਾ, ਹਰਭਜਨ ਮਾਨ ਦੇ ਗੀਤ ਜਿਹੜੇ ਹੈਗੇ ਨੇ ਉਹ ਮੈਂ ਸੁਣਦਾ, ਇਸ ਤਰੀਕੇ ਦੇ ਜਿਵੇਂ ਗੁਰਦਾਸ ਮਾਨ ਸਾਹਿਬ ਨੂੰ ਬਹੁਤ ਘੱਟ ਸੁਣਦਾ, ਲੋਕ ਕਹਿੰਦੇ ਨੇ ਜੀ ਮੈਂ ਗੁਰਦਾਸ ਮਾਨ ਬਹੁਤ ਸੁਣਦਾ, ਮੈਂ ਘੱਟ ਸੁਣਦਾ, ਮੈਨੂੰ ਹਰਭਜਨ ਮਾਨ ਦੇ ਗਾਣੇ ਵਧੀਆ ਲੱਗਦੇ ਨੇ। ਠੀਕ ਹੈ ਸਰ। ਦੇਬੀ ਭਾਈ ਦੀ ਹੋ ਗਏ, ਵਾਰਸ ਭਰਾ ਹੋ ਗਏ, ਇਸ ਤਰੀਕੇ ਦੇ ਸਰਦੂਲ ਸਿਕੰਦਰ ਸਾਹਿਬ ਹੋ ਗਏ, ਇਹਨਾਂ ਨੂੰ ਮੈਂ ਜ਼ਿਆਦਾ ਸੁਣਦਾ। ਨਵਿਆਂ ਦੇ ਵਿੱਚੋਂ ਸਰਤਾਜ ਹੋ ਗਿਆ ਜਾਂ ਰਣਜੀਤ ਬਾਵਾ ਹੋ ਗਿਆ, ਇਹਨਾਂ ਨੂੰ ਮੈਂ ਜ਼ਿਆਦਾ ਸੁਣਦਾ। ਅਤੇ ਸਰ, ਪੜ੍ਹਨਾ ਕਿੰਨਾ ਨੂੰ ਪਸੰਦ ਕਰਦੇ ਹੋ? ਪੜ੍ਹਦਾ ਮੈਨੂੰ ਨਾਵਲ ਪੜ੍ਹਨ ਦਾ ਬਹੁਤ ਸ਼ੌਂਕ ਸੀ। ਮੈਂ ਬੂਟਾ ਸਿੰਘ ਸ਼ਾਂਤ ਤੋਂ ਲੈ ਕੇ ਜਸਵੰਤ ਕਮਲ, ਜਿੰਨੇ ਪੰਜਾਬੀ ਦੇ ਹੋਰ, ਲਾਲ ਸਿੰਘ ਹੈ ਨਾ ਹੋ ਗਿਆ, ਪੜ੍ਹੇ ਨੇ। ਉਸ ਤੋਂ ਇਲਾਵਾ ਮੈਂ ਆਨਾ ਕਾਰਨ ਇੰਨਾ ਸਾਊਥ ਦਾ ਜਿਹੜਾ ਹੈਗਾ ਲੈਨਨ ਪੜ੍ਹਿਆ ਕਾਫੀ, ਫਿਰ ਗੋਰਖੀ ਸਾਹਿਬ ਨੂੰ ਪੜ੍ਹਿਆ, ਇੱਦਾਂ ਦੇ ਪੜ੍ਹੇ ਨੇ। ਅਤੇ ਅੱਜ ਕੱਲ੍ਹ ਮੈਂ ਜਿਹੜੀਆਂ ਹੈਗੀਆਂ ਕਵਿਤਾਵਾਂ ਜਾਂ ਗਜ਼ਲਾਂ, ਜਿਵੇਂ ਪਾਤਰ ਸਾਹਿਬ ਹੋ ਗਏ, ਉਹ ਹੈਗੇ ਸੁਖਵਿੰਦਰ ਅੰਮ੍ਰਿਤ, ਵਿਜੇ ਵਿਵੇਕ ਹੋ ਗਿਆ, ਗੁਰਜ ਕੁਹਾਰ ਵਾਲਾ ਸਾਹਿਬ ਹੋ ਗਿਆ, ਆਪਣੇ ਯੋਧਾ ਹੋ ਗਿਆ, ਇੱਦਾਂ ਦੇ ਲੋਕਾਂ ਨੂੰ ਮੈਂ ਪੜ੍ਹ ਰਿਹਾ ਅੱਜ ਕੱਲ੍ਹ। ਸਰ, ਅਤੇ ਐਜ਼ ਅ ਫਿਲਮ ਕ੍ਰਿਟਿਕ ਤੁਸੀਂ ਕ੍ਰਿਟੀਸਾਈਜ਼ ਕਰਦੇ ਹੋ, ਫਿਲਮ ਨੂੰ ਜੱਜ ਕਰਦੇ ਹੋ, ਅਤੇ ਸਰ ਤੁਹਾਡੇ ਫੇਵਰੇਟ ਐਕਟਰ ਕੌਣ ਨੇ? ਪੰਜਾਬੀ 'ਚ ਪੁੱਛ ਰਹੇ ਹੋ, ਹਿੰਦੀ 'ਚ ਪੁੱਛ ਰਹੇ ਹੋ? ਪੰਜਾਬੀ ਹਿੰਦੀ ਦੋਹਾਂ 'ਚ। ਪੰਜਾਬੀ 'ਚ ਜੇ ਨਿਰੋਲ ਰੂਪ 'ਚ ਐਕਟਰ ਦੀ ਗੱਲ ਕਰੀਏ ਤਾਂ ਹਰੀਸ਼ ਵਰਮਾ ਸੱਚੀ ਮੁੱਚੀ ਬਹੁਤ ਵਧੀਆ ਐਕਟਰ ਆ, ਦਲਜੀਤ ਵਧੀਆ ਐਕਟਰ ਆ, ਮਤਲਬ ਕਿ ਜਿਹੜਾ ਆਪਣੇ ਮੋਢੇ 'ਤੇ ਸਾਰਾ ਭਾਰ ਚੱਕ ਲੈਂਦਾ। ਅਤੇ ਕਰੈਕਟਰਾਂ ਦੇ ਵਿੱਚੋਂ ਸੋਚੀਏ ਤਾਂ ਫਿਰ ਸਰਦਾਰ ਸੋਹੀ ਕਮਾਲ ਦਾ ਐਕਟਰ ਆ, ਬੀਨੂ ਢਿੱਲੋਂ ਕਮਾਲ ਦਾ ਐਕਟਰ ਆ, ਮਲਕੀਤ ਰਾਣੀ ਕਮਾਲ ਦਾ ਐਕਟਰ ਆ, ਇਹ ਸਾਰੇ ਵਧੀਆ ਐਕਟਰ ਨੇ। ਅਤੇ ਸਰ, ਹਿੰਦੀ ਸਿਨੇਮਾ? ਮੈਨੂੰ ਨਵਾਜ਼ੁਦੀਨ ਸਦੀਕੀ ਦੀ ਐਕਟਿੰਗ ਬਹੁਤ ਕਮਾਲ ਦੀ ਲੱਗਦੀ ਆ, ਬੇਸਿਕਲੀ ਅਕਸ਼ੇ ਕੁਮਾਰ ਦੀ ਐਕਟਿੰਗ ਤਾਂ ਚਲੋ ਉਹ ਬੇਸਿਕਲੀ ਉਹ ਬਣੀ ਐਕਟਿੰਗ ਵਾਸਤੇ ਆ, ਨਵਿਆਂ ਦੇ ਵਿੱਚੋਂ ਜਾਂ ਜਿਹੜੇ ਕਰੈਕਟਰ ਆਰਟਿਸਟ ਨੇ ਉਹਨਾਂ 'ਚੋਂ ਨਵਾਜ਼ੁਦੀਨ ਸਦੀਕੀ ਦੀ ਮੈਨੂੰ ਕਮਾਲ ਦੀ, ਇਰਫਾਨ ਖਾਨ ਹੋ ਗਿਆ, ਉਹਨਾਂ ਦੀ ਐਕਟਿੰਗ ਮੈਨੂੰ ਪ੍ਰਭਾਵਿਤ ਕਰਦੀ ਆ। ਅਤੇ ਸਰ, ਤੁਸੀਂ ਤਮਾਮ ਪੰਜਾਬੀ ਇੰਡਸਟਰੀ ਨੂੰ ਇੰਟਰਵਿਊ ਕਰ ਚੁੱਕੇ ਹੋ, ਤੁਹਾਡੇ ਪਰਸਨਲੀ ਸਭ ਤੋਂ ਵਧੀਆ ਇੰਟਰਵਿਊ ਤੁਹਾਨੂੰ ਕਿਹਨਾਂ ਨੇ ਦਿੱਤੀ ਅਤੇ ਤੁਸੀਂ ਕਿਹਨਾਂ ਨੂੰ ਇੰਟਰਵਿਊ ਕਰਨਾ ਚਾਹੋਗੇ ਇਨ ਫਿਊਚਰ? ਮੈਂ ਪੰਜਾਬੀ ਦੇ ਵਿੱਚ ਲਗਭਗ ਸਾਰਿਆਂ ਨਾਲ ਹੀ ਇੰਟਰਵਿਊ ਕੀਤੀ ਹੋਈ, ਕਿਉਂਕਿ ਮੈਂ ਕਲਾਕਾਰਾਂ ਦੇ ਵਿੱਚ ਵੜਿਆ ਹੋਇਆ ਹਾਂ। ਹਾਂਜੀ, ਮੇਰੀ ਬੱਬੂ ਮਾਨ ਨਾਲ ਇੰਟਰਵਿਊ ਕਰਨ ਦੀ ਬੜੀ ਤਮੰਨਾ ਹੈਗੀ ਆ, ਉਹ ਕਾਬੂ ਨਹੀਂ ਆ ਰਿਹਾ, ਬਹੁਤ ਟਾਈਮ ਹੋ ਗਿਆ, ਬੜੀ ਵਾਰੀ ਅਪਰੋਚ ਕੀਤੀ ਹੈ ਨਾ, ਅਤੇ ਉਹ ਇਸ ਲਈ ਨਹੀਂ ਕਿਉਂਕਿ ਉਹਨਾਂ ਕੋਲ ਬਾਕੀ ਭਰੇ ਜਵਾਬ ਨੇ ਹਰ ਚੀਜ਼ ਦਾ। ਸਾਡੇ ਕਲਾਕਾਰ ਜਿਹੜੇ ਨੇ ਆਲੋਚਨਾ ਪਸੰਦ ਨਹੀਂ ਕਰਦੇ, ਨਾ ਆਲੋਚਨਾ ਕਿਸੇ ਜੇ ਡਰਦੇ ਕਰਦੇ ਨੇ, ਨਾ ਪਸੰਦ ਕਰਦੇ ਨੇ, ਉਹ ਬੰਦਾ ਆਲੋਚਨਾ ਕਰਦਾ ਵੀ ਅਤੇ ਬਰਦਾਸ਼ਤ ਵੀ ਕਰਦਾ। ਇੱਦਾਂ ਦੇ ਬਾਕੀ ਵਾਲੀ ਇੰਟਰਵਿਊ ਮੈਂ ਵੇਟ ਕਰ ਰਿਹਾ, ਜਲਦੀ ਹੋਊਗੀ। ਅਤੇ ਸਰ, ਹੁਣੇ ਪਿੱਛੇ ਹੀ ਮਾਂ ਬੋਲੀ ਦਿਵਸ ਗੁਜ਼ਰਿਆ, ਤੁਹਾਡਾ ਉਸ 'ਤੇ ਵੀ ਬਹੁਤ ਵਧੀਆ ਮੈਸੇਜ ਪੜਿਆ ਸੀ ਮੈਂ ਪੋਸਟ, ਤਾਂ ਉਹ ਸਾਡੇ ਨਾਜ਼ਰੀਨ ਨੂੰ ਤੁਸੀਂ ਕੋਈ ਮੈਸੇਜ? ਮਾਂ ਬੋਲੀ ਤਾਂ ਐਂ ਸੀ ਵੀ ਫੇਸਬੁੱਕ 'ਤੇ ਹਰ ਦੂਜਾ ਤੀਜਾ ਬੰਦਾ ਪਾ ਆਉਂਦਾ ਵੀ ਪੰਜਾਬੀ ਬਚਾਓ, ਪੰਜਾਬ ਬਚਾਓ, ਇਹ ਤੁਹਾਡੀ ਮਾਂ ਬੋਲੀ ਆ, ਤੁਹਾਡੀ ਮਾਂ ਬੋਲੀ ਨੂੰ ਤੁਹਾਡੇ ਤੋਂ ਕਿਵੇਂ ਕੋਈ ਬਾਹਰ ਕੱਢ ਸਕਦਾ? ਬਿਲਕੁਲ ਕੋਈ ਨਹੀਂ ਕੱਢ, ਤੁਸੀਂ ਦੁਨੀਆਂ ਦੇ ਕਿਸੇ ਵੀ ਮੁਲਕ ਦੇ ਵਿੱਚ ਵੱਸਦੇ ਹੋ, ਕੋਈ ਮਰਜ਼ੀ ਭਾਸ਼ਾ ਬੋਲਦੇ ਹੋ, ਤੁਹਾਨੂੰ ਸਾਹਮਣੇ ਪੰਜਾਬੀ ਦਿਖੂ, ਉਹਦੇ ਨਾਲ ਪੰਜਾਬੀ 'ਚ ਹੀ ਗੱਲ ਕਰੋਗੇ ਤੁਸੀਂ। ਹਾਂਜੀ, ਕਹਿੰਦੇ ਵੀ ਤੁਸੀਂ ਬੰਦੇ ਨੂੰ ਪੰਜਾਬ 'ਚੋਂ ਬਾਹਰ ਤਾਂ ਕੱਢ ਸਕਦੇ ਹੋ, ਪਰ ਪੰਜਾਬ ਉਹਦੇ ਵਿੱਚੋਂ ਬਾਹਰ ਨਹੀਂ ਕੱਢ ਸਕਦੇ। ਭਾਸ਼ਾ ਕਦੇ ਨਹੀਂ ਮਰਦੀ ਹੁੰਦੀ, ਠੀਕ ਆ, ਜਿੱਥੇ
ਰੀਜਨ ਦੇ ਵਿੱਚ ਜੇ ਸਾਡੀ ਸਾਡੀ ਬੋਲੀ ਜਿਹੜੀ ਹੈਗੀ ਆ ਪੰਜਾਬੀ ਆ, ਪੰਜਾਬੀ ਦੀ ਜਗ੍ਹਾ 'ਤੇ ਤੁਸੀਂ ਹੋਰ ਬੋਲੀ ਇਸਤੇਮਾਲ ਕਰੋਗੇ ਜਿੱਥੇ ਪੰਜਾਬੀ ਬਣ, ਉਹ ਚੀਜ਼ ਤਾਂ ਗਲਤ ਆ। ਪਰ ਤੁਸੀਂ ਇਹ ਨਹੀਂ ਕਹਿੰਦੇ ਵੀ ਪੰਜਾਬੀ ਮਰਦੀ ਜਾ ਰਹੀ, ਪੰਜਾਬੀ ਕਦੇ ਖਤਮ ਨਹੀਂ ਹੁੰਦੀ। ਸੋ ਬੋਲੀ ਕਦੇ ਖਤਮ ਨਹੀਂ ਹੁੰਦੀ। ਜੇ ਇੰਨਾ ਹੀ ਬੋਲੀ ਦਾ ਡਰ ਆ, ਜਿਹੜੇ ਬੋਲੀ ਦੇ ਡਰਦੇ ਨੇ ਉਹ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਸਕੂਲਾਂ 'ਚ ਕਿਉਂ ਪੜ੍ਹਾਉਂਦੇ ਨੇ? ਭਾਸ਼ਾ ਕੋਈ ਨਹੀਂ ਹੋ ਰਹੀ, ਮਾੜੀ ਹੁੰਦੀ। ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੀਆਂ ਭਾਸ਼ਾਵਾਂ 'ਚ ਲਿਖਿਆ? ਬਹੁਤ ਸਾਰੀਆਂ ਭਾਸ਼ਾਵਾਂ 'ਚ ਲਿਖਿਆ, ਅਰਬੀ 'ਚ ਲਿਖਿਆ, ਫਾਰਸੀ 'ਚ ਲਿਖਿਆ, ਹਿੰਦੀ 'ਚ ਲਿਖਿਆ, ਪੰਜਾਬੀ 'ਚ ਲਿਖਿਆ, ਸੰਸਕ੍ਰਿਤ 'ਚ ਲਿਖਿਆ। ਬਿਲਕੁਲ ਸਰ। ਅਤੇ ਭਾਸ਼ਾ ਨਹੀਂ ਕੋਈ ਮਾੜੀ, ਤੁਸੀਂ ਐਂ ਨਾ ਕਹੋ ਵੀ ਪੰਜਾਬੀ ਨੂੰ ਬਚਾਓ। ਪੰਜਾਬੀ ਕਿਤੇ ਨਹੀਂ ਚੱਲੀ, ਪੰਜਾਬੀ ਸਾਡੇ ਅੰਦਰ ਹੀ ਆ। ਜੇ ਕੋਈ ਹੋਰ ਭਾਸ਼ਾ ਸਿੱਖ ਰਿਹਾ, ਹੁਣ ਮੈਂ ਅੰਗਰੇਜ਼ੀ ਸਿੱਖ ਰਿਹਾ ਜਾਂ ਹਿੰਦੀ ਸਿੱਖ ਰਿਹਾ, ਸਾਡੀ ਲੋੜ ਆ। ਤੁਸੀਂ ਦਿੱਲੀ ਤੋਂ ਬਾਹਰ ਜਾ ਰਹੇ ਹੋ, ਤੁਸੀਂ ਕਿਸੇ ਕੰਪਨੀ 'ਚ ਕੰਮ ਕਰ ਰਹੇ ਹੋ, ਕਮਿਊਨੀਕੇਸ਼ਨ ਕਰਨਾ, ਤੁਹਾਨੂੰ ਸਾਹਮਣੇ ਵਾਲੇ ਦੀ ਲੈਂਗੁਏਜ ਨਾਲ ਕਰਨਾ ਪੈਣਾ, ਤੁਹਾਨੂੰ ਸਿੱਖਣੀ ਪੈਣੀ ਆ। ਪਰ ਇਸ ਦੇ ਇਹਦਾ ਮਤਲਬ ਇਹ ਥੋੜ੍ਹਾ ਵੀ ਤੁਸੀਂ ਪੰਜਾਬੀ ਭੁੱਲ ਜਾਓਗੇ, ਪੰਜਾਬੀ ਤੁਸੀਂ ਕਦੇ ਨਹੀਂ ਭੁੱਲਦੇ। ਹਾਂ, ਪੰਜਾਬੀ ਦੇ ਜਿਹੜੇ ਨਵੇਂ ਨਵੇਂ ਸ਼ਬਦ ਆ ਰਹੇ ਨੇ ਉਹ ਆ ਰਹੇ ਆ, ਉਹ ਤੁਹਾਨੂੰ ਸਿੱਖਣੇ ਜ਼ਰੂਰੀ ਨੇ, ਉਹਦੇ ਲਈ ਤੁਹਾਨੂੰ ਲਿਟਰੇਚਰ ਪੜ੍ਹਨਾ ਪੈਣਾ। ਪਰ ਅੱਜ ਕੱਲ੍ਹ ਲਿਟਰੇਚਰ ਵੀ ਜੋ ਲਿਖਿਆ ਜਾ ਰਿਹਾ ਸਭ ਨੂੰ ਪਤਾ ਹੀ ਆ। ਅਤੇ ਸਰ, ਤੁਸੀਂ ਇੰਨੇ ਸੀਨੀਅਰ ਕ੍ਰਿਟਿਕ ਹੋ, ਇੰਨੇ ਸੀਨੀਅਰ ਆਰਟਿਸਟ ਹੋ, ਅਤੇ ਸਰ ਕੋਈ ਸਵਾਲ ਜਿਹੜਾ ਮੈਂ ਭੁੱਲ ਗਿਆ ਹੋਵਾਂ ਪੁੱਛਣਾ ਤੁਹਾਡੇ ਤੋਂ? ਇੰਟਰਵਿਊ 'ਚ ਬਹੁਤ ਕੁਝ ਡਿਫੂੰਗ ਹੁੰਦਾ, ਠੀਕ ਹੈ, ਵੈਰੀ ਫਰੈਂਕਲੀ ਮੈਂ ਬਹੁਤ ਇੰਟਰਵਿਊ ਕੀਤੀਆਂ, ਬਹੁਤ ਸਾਰਾ। ਤੁਸੀਂ ਲੋਕਾਂ ਨੂੰ ਉਹੀ ਦੱਸਦੇ ਹੋ ਜੋ ਤੁਸੀਂ ਦੱਸਣਾ ਚਾਹੁੰਦੇ ਹੋ। ਕੋਈ ਵੀ ਬੰਦਾ ਉਹ ਚੀਜ਼ ਦੱਸਦਾ ਨਹੀਂ ਲੋਕਾਂ ਨੂੰ ਜਿਹੜੀ ਉਹ ਨਾ ਦੱਸਣਾ ਚਾਹੁੰਦਾ ਹੋਵੇ। ਪਰ ਪੰਜਾਬ ਦੇ ਵਿੱਚ ਕਲਾਕਾਰਾਂ ਨਾਲ ਉਹ ਇੰਟਰਵਿਊ ਨਹੀਂ ਹੁੰਦੀਆਂ, ਕਿਉਂਕਿ ਫਿਰ ਉਹੀ ਕਮਰਸ਼ੀਅਲ ਵਿੱਤੀ ਸਾਧਨ ਆ ਗਿਆ, ਆਰਟਿਸਟ ਗੁੱਸੇ ਹੋ ਜਾਂਦਾ ਵੀ ਨਹੀਂ ਜੀ ਅਸੀਂ ਤੁਹਾਡੀ ਅਗਲੀ ਵਾਰੀ ਇੰਟਰਵਿਊ ਨਹੀਂ ਕਰਨੀ। ਫਿਰ ਲੱਗਦਾ ਸਾਡੀ TRP ਘੱਟ ਗਈ, ਫਲਾਣੇ ਚੈਨਲ ਨੇ ਕਰ ਲਈ, ਸਾਡੇ ਕੋਲ ਆਰਟਿਸਟ ਆਉਂਦਾ ਨੇ। ਔਰ ਆਰਟਿਸਟ ਵੀ ਇੱਦਾਂ ਦੀ ਇੰਟਰਵਿਊ ਪਸੰਦ ਨਹੀਂ ਕਰਦੇ, ਕਿਉਂਕਿ ਆਲੋਚਨਾ ਜਿਹੜੀ ਹੈਗੀ ਆ ਬੇਸਿਕਲੀ ਆਲੋਚਨਾ ਬੰਦੇ ਨੂੰ ਨਿਖਾਰਦੀ ਆ। ਮਿਰਚ ਕਮੀਆਂ ਹੋਣਗੀਆਂ, ਮੈਂ ਕਦੇ ਨਹੀਂ ਮੰਨੂ ਮਿਰਚ ਕਮੀਆਂ ਹੋਣਗੀਆਂ, ਤੁਸੀਂ ਮੈਨੂੰ ਅਹਿਸਾਸ ਕਰਾਓਗੇ ਤਾਂ ਮੈਂ ਮੰਨੂੰਗਾ, ਤਾਂ ਮੰਨੂ। ਅਤੇ ਇੱਥੇ ਆਲੋਚਨਾ ਪਸੰਦ ਨਹੀਂ ਕਰਦੇ, ਤੁਸੀਂ ਕਿਸੇ ਨੂੰ ਕਹਿ ਦਿਓ ਵੀ ਤੇਰਾ ਗਾਣਾ ਵਧੀਆ ਨਹੀਂ, ਉਹ ਇਹ ਨਹੀਂ ਕਹੂਗਾ ਵੀ ਹਾਂ ਯਾਰ ਵਧੀਆ ਨਹੀਂ, ਕਾਰਨ ਦੱਸ, ਤੁਸੀਂ ਕਾਰਨ ਦੱਸ ਦੋਗੇ, ਉਹ ਤੁਹਾਨੂੰ ਐਕਸਕਿਊਜ਼ ਦਊਗਾ ਅੱਗੋਂ ਵੀ ਨਹੀਂ ਯਾਰ ਐਂ ਹੋ ਗਿਆ ਸੀ, ਐਂ ਹੋ ਗਿਆ ਸੀ। ਸਰ, ਤੁਹਾਡੇ ਨਾਲ ਗੱਲਾਂ ਕਰਕੇ ਬਹੁਤ ਅੱਛਾ ਲੱਗਿਆ ਜੀ, ਸ਼ੁਕਰੀਆ ਜੀ। ਸੋ ਦੋਸਤੋ, ਇਹ ਸੀ ਸਾਡੇ ਨਾਲ ਭਾਜੀ ਸਪਨ ਮਨਚੰਦਾ ਜੀ। ਅਗਲੀ ਵਾਰ ਇੱਕ ਹੋਰ ਖਾਸ ਸ਼ਖਸੀਅਤ ਨਾਲ ਮਿਲਾਂਗੇ, ਉਦੋਂ ਤੱਕ ਦੇਖਦੇ ਰਹੋ ਦਿਲ ਦੀਆਂ ਗੱਲਾਂ, ਅਤੇ ਇਜਾਜ਼ਤ ਦਿਓ ਆਪਣੇ ਹੋਸਟ ਰਵੀ ਤੇਜ ਨੂੰ। ਸਤਿ ਸ਼੍ਰੀ ਅਕਾਲ।